ਭਾਜੀ ਦੇਖੋ ਮੈਂ ਕੁਛ ਬਰਾਤੀ ਚੱਲੇ ਹੁੰਦੇ ਏਦਾਂ ਖੁਸ਼ ਹੁੰਦੇ ਆ। ਹਾਂ ਠੀਕ ਹੈ ਨਾ, ਭੰਗੜੇ ਪਾ ਰਹੇ ਆ ਭਾਜੀ। ਦੇਖੋ ਮੈਂ ਨਾ, ਮੇਰੇ ਨਾਲ ਕੰਟੈਕਟ ਦੇ ਵਿੱਚ ਮੇਰਾ ਮਿੱਤਰ ਸੀ, ਮੈਂ ਇਹਨੂੰ ਵਟਸਐਪ ਤੇ ਉਹਦਾ ਸਟੇਟਸ ਦੇ ਕੇ ਉਹਨੂੰ ਮੈਂ ਕਿਹਾ, ਮੈਂ ਕਿਹਾ ਯਾਰ ਇਹ ਸਹੀ ਨਹੀਂ ਆ, ਮੈਂ ਕਿਹਾ ਜੋ ਤੁਸੀਂ ਕਰ ਰਹੇ ਆ ਇਹ ਸਹੀ ਨਹੀਂ ਆ। ਠੀਕ ਹੈ ਨਾ, ਅਸੀਂ ਸਿੱਧੂ ਮੂਸੇਵਾਲੇ ਦੇ ਨਾਲ ਜਾ ਰਹੇ ਹਾਂ, ਅਸੀਂ ਬੱਬੂ ਮਾਨ ਦੇ ਨਾਲ ਜਾ ਰਹੇ ਹਾਂ, ਉਹਦੇ ਗਾਣੇ ਵਜਾ ਰਹੇ ਹਾਂ। ਠੀਕ ਹੈ ਨਾ, ਅਸੀਂ ਆਪਣਾ ਗਾਣੇ ਵਜਾ ਰਹੇ ਹਾਂ, ਅਨਮੋਲ ਗਗਨ ਮਾਨ ਦੇ ਵਜਾ ਰਹੇ ਹਾਂ। ਯਾਰ ਤੁਸੀਂ ਲੈਣ ਕੀ ਜਾ ਰਹੇ ਹੋ, ਤੁਸੀਂ ਕੀ ਲੈਣ ਜਾ ਰਹੇ ਹੋ ਉੱਥੇ? ਹਾਂਜੀ, ਗਾਣੇ ਘਰੇ ਸੁਣ ਲਓ, ਹੈਡਫੋਨ ਲਾ ਕੇ ਭੈਣ ਦੇ ਘਣੇ ਸੁਣ ਲਓ, ਸੋਰੀ, ਤੇ ਘਰੇ ਸੁਣ ਲਓ ਆਪਦੇ ਗਾਣੇ। ਠੀਕ ਹੈ ਨਾ, ਉੱਥੇ ਤੁਸੀਂ ਗਾਣੇ ਵਜਾ ਰਹੇ ਹਾਂ, ਹਨਾ। ਦੂਜਾ ਤੁਸੀਂ ਉੱਥੇ ਦਿਖਾਵਾ ਸਾਨੂੰ ਕੀ ਦਿਖਾ ਰਹੇ ਹਾਂ, ਜਿਹੜੇ ਬੰਦੇ ਕੇ ਮੰਨ ਲਓ ਆਮ ਬੰਦਾ ਆ, ਆਮ ਨੋਰਮਲ ਇਨਸਾਨ ਆ, ਜਿਹੜਾ ਬੰਦਾ ਕਿ ਬੇਚਾਰਾ, ਚਲੋ ਕਿਸਾਨੀ ਜਿਹੜੀ ਹੈ ਨਾ, ਕਿਸਾਨੀ ਭਾਜੀ ਅਸੀਂ ਜੇ ਆਪਾਂ ਰੋਟੀ ਖਾ ਰਹੇ ਹਾਂ, ਚਲੋ ਕਿਸਾਨੀ ਸਿਰਫ ਤੇ ਖਾ ਰਹੇ ਹਾਂ, ਮੈਂ ਵੀ ਇੱਕ ਜੱਟ ਪਰਿਵਾਰ ਦਾ ਬੰਦਾ ਆ, ਮੈਂ ਵਿਰੋਧ ਚ, ਮੈਂ ਬਾਰ ਬਾਰ ਕਹਿੰਦਾ ਮੈਂ ਵਿਰੋਧ ਚ, ਪਰ ਮੇਰੀ ਵਿਰੋਧਤਾ ਦਾ ਜਿਹੜਾ ਆਪਣਾ ਦਿਖਾਉਣ ਦਾ ਵਿਰੋਧ ਦਾ, ਮੇਰੀ ਵਿਰੋਧ ਦਾ ਦਿਖਾਉਣ ਦਾ ਜਿਹੜਾ ਨਜ਼ਰੀਆ ਕੁਛ ਹੋਰ ਆ, ਠੀਕ ਹੈ ਨਾ, ਉਹ ਇਹ ਤਰੀਕਾ ਨਹੀਂ ਆ। ਠੀਕ ਹੈ ਨਾ, ਤੁਸੀਂ ਇਹ ਦਿਖਾ ਰਹੇ ਹੋ ਵੀ ਆਹ ਅਲੋਏ ਵੀਲ ਮੈਂ ਜਗਰਾਉਂ ਤੋਂ ਪਵਾਏ ਸੀ 36,000 ਦੇ, ਆਹ ਮੈਂ ਅਲੋਏ, ਇਹ ਕੀ ਆ, ਹਰਕਤਾਂ ਕਰਨਾ ਚਾਹੀਦਾ ਸਾਡੇ ਯੂਥ ਨੂੰ? ਜੇ ਯੂਥ ਬਾਹਰ ਨਿਕਲਿਆ ਤਾਂ ਕੋਈ ਤਰੀਕਾ ਹੁੰਦਾ ਵਿਰੋਧ ਦਾ ਵੀ, ਹੈ ਨਾ। ਹੁਣ ਕਈਆਂ ਨੇ ਕਹਿਣਾ ਵੀ ਤੂੰ ਆਪ ਸਰੀ ਚ ਬੈਠਾ, ਏਦਾਂ ਭਕਾਈ ਮਾਰੀ ਜਾਂਦਾ, ਏਦਾਂ ਓਦਾਂ, ਤੂੰ ਆ ਜਾ, ਹੈ ਨਾ। ਭਈ ਅਸੀਂ ਵੀ ਜਿੰਨੇ ਯੋਗੇ ਹੈਗੇ ਕਰਦੇ ਆ, ਹੈ ਨਾ, ਭਈ ਇਹ ਹਿਸਾਬ ਕਿਤਾਬ ਆ ਜੀ। ਮੈਂ ਧੰਨਵਾਦ ਤੁਹਾਡਾ, ਮੈਂ ਕਹਿੰਦਾ ਭਾਜੀ ਧੰਨਵਾਦ ਤੁਹਾਡਾ, ਤੁਸੀਂ ਜੋ ਸਰੀ ਚ ਬਹਿ ਕੇ ਕਰਤਾ ਨਾ, ਸ਼ਾਇਦ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਇੱਥੋਂ ਇੱਥੇ ਬਹਿ ਕੇ ਭਾਜੀ, ਉਹ ਸੁਖਬੀਰ ਸਿੰਘ ਬਾਦਲ ਨੇ ਨੀ ਕੀਤਾ, ਮੈਂ ਭੈਣ ਕਿਸੇ ਪਾਰਟੀ ਨਾਲ ਨੀ ਸੰਬੰਧ ਰੱਖਦਾ, ਉਹ ਇਹਨਾਂ ਨੇ ਨੀ ਕੀਤਾ ਜੋ ਤੁਸੀਂ ਸਰੀ ਚ ਬਹਿ ਕੇ ਕਰਤਾ। ਤੁਹਾਨੂੰ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਅਹਿਸਾਸ ਹੋਊਗਾ ਤੁਹਾਡੇ ਵਾਸਤੇ ਭਾਜੀ, ਮੈਂ ਸੁਖਬੀਰ ਸਿੰਘ ਬਾਦਲ ਜਾਂ ਕੈਪਟਨ ਵਾਸਤੇ ਨੀ ਕਦੀ ਜਾਣ ਦੂੰਗਾ, ਮੈਂ ਤੁਹਾਡੇ ਵਾਸਤੇ ਲੋੜ ਪਈ ਤੇ ਮੈਂ ਜਾਣ ਦੇ ਦੂੰਗਾ। ਨਹੀਂ ਨਹੀਂ, ਥੈਂਕ ਯੂ ਭਰਾ, ਥੈਂਕ ਯੂ ਯਾਰ, ਜਾਣ ਤਾਂ ਆਪਾਂ ਨਹੀਂ ਲੈਣੀ, ਜਿੱਥੇ ਲੋੜ ਹੋਈ ਬਾਜ ਮਾਰਾਂਗੇ, ਖੜੇ ਹੋ ਜਾਓ ਬਸ ਤੇ, ਬਹੁਤ ਵਧੀਆ ਲੱਗਾ ਗੱਲ ਕਰਕੇ। ਹਾਂਜੀ, ਥੈਂਕ ਯੂ ਵੀਰੇ, ਥੈਂਕ ਯੂ ਵੀਰੇ। ਪਰ ਇਹਨਾਂ ਲੋਕਾਂ ਨੇ ਸੜਕਾਂ ਤੇ ਵੇਖੋ, ਕਿਸਾਨ ਜੇ ਆਪਾਂ ਭਾਜੀ, ਪਤਾ ਸਾਡੀ ਪ੍ਰੋਬਲਮ ਕੀ ਆ, ਜੇ ਤੇ ਅਸੀਂ ਮਾੜਾ ਜਿਹਾ ਕਿਸਾਨ ਦੀ ਗਲਤੀ ਕਿਸਾਨ ਨੂੰ ਦੱਸਦੇ ਆ, ਤੇ ਕਿਸਾਨ ਸਾਡੇ ਸਿਰ ਚ ਕਈ ਮਾਰਨ ਨੂੰ ਫਿਰਦਾ ਆ। ਹਾਂਜੀ ਹਾਂਜੀ, ਮੈਂ ਵੀ ਕਿਸਾਨ ਹੀ ਆ, ਮੈਂ ਜੱਟ ਆ ਭਾਜੀ, ਮੈਂ ਜੱਟ ਆ, ਠੀਕ ਆ ਨਾ। ਹਾਂਜੀ, ਤੇ ਜੇ ਉਹਨੂੰ ਕਹਿੰਦੇ ਆ ਨਾ ਵੀ ਹਾਂ ਇਹ ਤੂੰ ਕੇਲੇ ਲਿਆ ਨਾ ਕੇਲੇ, ਤੇ ਉਹਦੇ ਵਿੱਚ ਅਖਬਾਰਾਂ ਸੀ ਜਿਹੜੀਆਂ ਤੂੰ ਅਖਬਾਰਾਂ ਨਾਲ ਰੋਡ ਦੇ ਉੱਤੇ ਕਿਸਾਨਾਂ ਖਿਲਾਰਤੀਆਂ, ਉਸ ਤੋਂ ਬਾਅਦ ਜਦੋਂ ਅਸੀਂ ਉਸ ਤੋਂ ਬਾਈਕ ਲੈ ਕੇ ਲੰਘੇ ਤੇ ਉਹ ਜਿਹੜੀ ਤੇਰੀ ਅਖਬਾਰ ਆ ਮੇਰੇ ਮੂੰਹ ਦੇ ਉੱਤੇ ਉੱਡ ਕੇ ਆ ਗਈ, ਤੇ ਮੈਂ ਆਪਣਾ ਅਨਬੈਲੈਂਸ ਹੋ ਕੇ ਮੈਂ ਰੋਡ ਤੋਂ ਥੱਲੇ ਉਤਰ ਗਿਆ। ਅਗਰ ਜੇਕਰ ਇਹਨਾਂ ਨੂੰ ਇਹ ਚੀਜ਼ ਦੀ ਸਮਝ ਆ ਗਈ ਨਾ ਭਾਜੀ, ਤੇ ਮੋਦੀ ਮੈਂ ਕਹਿੰਦਾ ਵਾ ਜਿਹੜਾ ਮਰਜ਼ੀ ਆਰਡੀਨੈਂਸ ਪਾਸ ਕਰ ਦੇਣ ਭਾਜੀ, ਕੋਈ ਇਹਨਾਂ ਨੂੰ ਦਬਾ ਨੀ ਸਕਦਾ। ਜਿਸ ਦਿਨ ਇਹਨਾਂ ਨੂੰ ਸੜਕ ਤੇ ਉੱਡਦੇ ਹੋਏ ਕਾਗਜ਼ਾਂ ਦੀ ਅੱਖਾਂ ਚ ਪੈਂਦੀ ਹੋਈ ਧੂਲ ਇਹਨਾਂ ਨੂੰ ਸਮਝ ਆ ਗਈ ਨਾ, ਹਾਂਜੀ ਭਾਜੀ, ਇਹ ਜਿੱਤ ਜਾਣਗੇ। ਓਕੇ ਵੀਰ ਮੇਰਾ, ਬਹੁਤ ਵਧੀਆ ਵਿਚਾਰ ਲੱਗੇ ਤੇਰੇ ਭਰਾ ਮੇਰੇ, ਥੈਂਕ ਯੂ, ਇੱਦਾਂ ਜੁੜੇ ਰਹੋ, ਥੈਂਕ ਯੂ ਭਰਾ, ਥੈਂਕ ਯੂ ਭਾਜੀ। ਹਾਂਜੀ, ਤੇ ਅਗਲੇ ਕਾਲਰ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਕਿਸਾਨ ਵਿਰੋਧੀ ਬਿੱਲ ਬਾਰੇ? ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ? ਵਧੀਆ ਜੀ ਵਧੀਆ, ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਕਿਸਾਨ ਵਿਰੋਧੀ ਬਿੱਲ ਬਾਰੇ? ਭਾਜੀ ਮੈਂ ਕਿਸਾਨ ਵਿਰੋਧੀ ਬਿੱਲ ਬਾਰੇ ਬਿਲਕੁਲ ਬਿਲਕੁਲ ਜੀ ਵਿਰੋਧ ਕਰਦਾ ਜੀ ਇਸ ਚੀਜ਼ ਦਾ। ਹਾਂਜੀ, ਮੈਂ ਤਾਂ ਜੀ ਇਹ ਕਹਿੰਦਾ ਜਿਵੇਂ ਹੁਣ ਬਾਈ ਨੇ ਪਿੱਛੇ ਗੱਲ ਕੀਤੀ, ਮੈਂ ਉਹ ਵੀ ਸੁਣਦਾ ਵੈਸੇ ਲਾਈਵ। ਹਾਂਜੀ ਤੇ ਉਹ ਬਾਈ ਨੇ ਬਿਲਕੁਲ ਬਿਲਕੁਲ ਸਹੀ ਗੱਲ ਕੀਤੀ ਹੈ ਜੀ। ਜਿਵੇਂ ਆਪਾਂ ਸ਼ੋਸ਼ੇਬਾਜੀ ਕਰਦੇ ਪਏ ਆ, ਵੀ ਲੋਏ ਹੋਏ ਆਪਾਂ ਪੂਗੇ ਘੁੰਮਦੇ ਪਏ ਆ, ਦੁਕਾਨੇ ਪਏ ਆ, ਜੇ ਸਮਰਥਨ ਕਰਨਾ ਜੇ ਵਿਰੋਧ ਵਿਰੋਧ ਕਰਨਾ ਜੇ ਸਹੀ ਤਰੀਕੇ ਨਾਲ ਕਰੋ। ਹਾਂਜੀ, ਤੇ ਉਹੀ ਚੀਜ਼ ਹੈ, ਤੁਸੀਂ ਵਧੀਆ ਗੱਲ ਚੱਕੀ ਹੈ ਜੀ ਅੱਜ। ਹਾਂਜੀ ਹਾਂਜੀ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣ ਵਾਲਾ, ਮੈਂ ਕਿਉਂਕਿ ਮੈਂ ਖੁਦ ਜੇ ਬਿਜੀ ਸੀਗਾ, ਮੈਂ ਕੰਮ ਕਰ ਸਹੀ ਤਾਂ ਪਿਆ, ਮੈਂ ਅੱਜ ਲਾਈਵ ਸੁਣ ਰਿਹਾ ਜੀ ਤੁਹਾਡੀ ਗੱਲ। ਹਾਂਜੀ, ਮੈਂ ਚਲੋ ਅੱਜ ਪਹਿਲੀ ਵਾਰ ਕਾਲ ਤੁਹਾਨੂੰ ਮਿਲਾਉਂਦੇ ਆ ਤੇ ਅੱਜ ਮਿਲ ਹੀ ਗਈ। ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ। ਓਕੇ ਭਾਜੀ, ਥੈਂਕ ਯੂ, ਜੁੜੇ ਰਹੋ ਇੱਦਾਂ ਹੀ, ਥੈਂਕ ਯੂ। ਤੇ ਅਗਲੇ ਕਾਲਰ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਭਾਜੀ? ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ? ਹਾਂਜੀ, ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਭਾਜੀ? ਤੁਹਾਡਾ ਨੰਬਰ ਹੁਣੇ ਫੀਡ ਕੀਤਾ, ਮੈਂ ਕਿਹਾ ਭਾਈ ਨਾਲ ਕਾਲ ਕਰਾਂ ਮੈਂ।
ਪਹਿਲੇ ਨੰਬਰ ਹੈ ਨੀ ਮੇਰੇ ਤੋਂ, ਓਦਾਂ ਫੇਸਬੁੱਕ ਤੇ ਜਰੂਰ ਦੇਖ ਦਿੰਦੇ ਤੁਹਾਨੂੰ, ਹਾਂਜੀ ਹਰ ਵੀਡੀਓ ਤੁਹਾਡੀ ਦੇਖੀ ਜੀ, ਫੋਲੋ ਕਰੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਾਂਜੀ, ਤੇ ਹੋਰ ਕੁਝ ਕਹਿਣਾ ਚਾਹੁੰਦੇ ਭਾਜੀ? ਹਾਂਜੀ ਹਾਂਜੀ, ਬਹੁਤ ਵਧੀਆ ਭਾਜੀ। ਮੈਂ ਕਹਿੰਦਾ ਇੱਕ ਤੁਸੀਂ ਭਾਜੀ ਸਾਰਿਆਂ ਨੂੰ ਫੋਲੋ ਕਰ ਰਹੇ ਨਾ, ਬੰਦਿਆਂ ਨੂੰ ਵੀ ਕੋਈ ਵਰਕ ਵਾਸਤੇ ਕਾਲਿੰਗ ਕਰੂਗਾ ਤੇ ਜਾਂ ਵੱਧ ਤੋਂ ਵੱਧ ਸ਼ੇਅਰ ਕਰੂਗਾ ਵੀਡੀਓ। ਤੇ ਕਈ ਮੁੰਡੇ ਜਿਹੜੇ ਹਾਂਜੀ ਹਾਂਜੀ ਕਿਸੇ ਦੀ ਹੈਲਪ ਹੋ ਰਹੀ ਨਾ ਵਧੀਆ, ਤੇ ਭਾਜੀ ਜਰੂਰ ਹੈਲਪ ਕਰੋ ਕਿਸੇ ਮੁੰਡੇ ਦੀ, ਕੋਈ ਮਤਲਬ ਜੋ ਵੀ ਤੁਹਾਨੂੰ ਜ਼ਿਆਦਾ ਕੰਪੈਲ ਕਰ ਰਿਹਾ ਵਾ ਇੱਥੇ ਮਜ਼ਬੂਰ ਇੰਡੀਆ ਚ, ਤੇ ਉਹਨੂੰ ਜਰੂਰ ਜੇ ਕਿਤੇ ਕੰਮ ਮਿਲਦਾ ਕੈਨੇਡਾ ਜਰੂਰ ਪਾਓ। ਓਕੇ ਭਾਜੀ, ਸ਼ੋਰ, ਥੈਂਕ ਯੂ ਭਰਾ ਮੇਰਾ ਕਾਲ ਕਰਨ ਲਈ, ਤੇ ਜੁੜੇ ਰਹੋ ਇਦਾਂ ਹੀ। ਰੇਡੀਓ ਨਾ ਸੁਣਿਆ ਕਰੋ, ਮੇਰੇ ਨਾਲ ਗੱਲ ਕਰਿਆ ਕਰੋ ਭਰਾ ਮੇਰੇ, ਤੇ ਕਾਲਰ ਬਹੁਤ ਆ ਸਾਫ, ਫਿਰ ਔਖਾ ਮਿਲਦਾ ਫੋਨ ਤੁਹਾਡਾ, ਫਿਰ ਤੁਸੀਂ ਕਹਿਣਾ ਕੱਟ ਤਾ, ਮੈਂ ਨੀ ਕੱਟਦਾ ਵੀਰੇ, ਤੇ ਬੋਲ ਪਿਆ ਕਰੋ ਭਰਾ ਮੇਰੇ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਬਾਜੀ ਰੇਡੀਓ ਬੰਦ ਕਰ ਲਓ ਭਰਾ ਮੇਰਾ। ਵੀਰ ਜੀ ਮੇਰਾ, ਮੈਂ ਤਾਂ ਵਟਸਐਪ ਤੇ ਕਾਲ ਲਾਈ ਆ ਤੁਹਾਨੂੰ। ਆਹੋ ਭਈ, ਪਿੱਛੇ ਰੇਡੀਓ ਤਾਂ ਨਹੀਂ ਸੁਣਦੇ? ਨਹੀਂ ਨਹੀਂ ਵੀਰ ਜੀ, ਕੋਈ ਨਹੀਂ ਰੇਡੀਓ ਸੁਣ ਰਿਹਾ, ਮੈਂ ਹੀ ਤੁਹਾਡੀ ਆਵਾਜ਼ ਸੁਣ ਰਿਹਾ ਵਾਂ। ਹਾਂਜੀ ਹਾਂਜੀ, ਤੇ ਕਿਸਾਨ ਵਿਰੋਧੀ ਬਿੱਲ ਬਾਰੇ ਕੀ ਕਹਿਣਾ ਚਾਹੁੰਦੇ ਭਾਜੀ? ਅਰੇ ਵੀਰ ਜੀ, ਮੈਂ ਆਊਟ ਆਫ ਪੰਜਾਬ ਰਹਿ ਰਿਹਾ, ਇੰਡੀਆ ਦੇ ਵਿੱਚ ਰਹਿ ਰਿਹਾ। ਨਹੀਂ ਨਹੀਂ, ਆਊਟ ਆਫ ਪੰਜਾਬ ਰਹਿ ਰਿਹਾ, ਇੰਡੀਆ ਦੇ ਵਿੱਚ ਰਹਿ ਰਿਹਾ, ਕੀ ਮਤਲਬ ਭਾਜੀ? ਹਾਂਜੀ, ਆਊਟ ਆਫ ਸਟੇਟ ਰਹਿ ਰਿਹਾ ਵਾਂ। ਮੈਨੂੰ ਇੱਥੇ ਕੋਈ ਵੀ ਮਤਲਬ ਕੁਐਸਚਨ ਕਰਦਾ ਵਾ ਵੀ ਹਾਂ ਇਹਨੇ ਤਾਂ ਮੋਦੀ ਨੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਫੈਸਲਾ ਸੁਣਾਇਆ ਵਾ, ਤਾਂ ਮੈਨੂੰ ਸਮਝਾਉਣਾ ਔਖਾ ਹੋ ਜਾਂਦਾ ਵਾ। ਹਾਂਜੀ, ਤੇ ਮੈਂ ਉਹਨਾਂ ਨੂੰ ਸਿੰਪਲ ਵੇ ਨਾਲ ਕਿੱਦਾਂ ਸਮਝਾਵਾਂ? ਹਾਂਜੀ ਚੈੱਕ ਕਰਨੀ ਆ, ਸੋ ਭਾਵੇਂ ਘੱਟ ਹੋਵੇ ਵੱਧ ਹੋਵੇ ਉਹਨੇ ਤਾਂ ਆਪਣਾ ਦਾ ਹੀ ਲਾਉਣਾ। ਕਿਸਾਨ ਤੁਹਾਨੂੰ ਪਤਾ ਕਿੰਨੇ ਪੜ੍ਹੇ ਲਿਖੇ ਹੁੰਦੇ ਹਨਾ, ਆਮ ਇਨਸਾਨ ਕਿਸਾਨ ਜਿਹੜੇ। ਵੀਰੇ ਮੈਂ ਆਸਾਮ ਸਟੇਟ ਦੇ ਵਿੱਚ ਰਹਿਣਾ ਵਾ, ਇੱਥੇ ਕੋਈ ਮੰਡੀ ਹੈ ਨੀ, ਇਹਨਾਂ ਨੂੰ ਕਿਵੇਂ ਸਮਝਾਵਾਂ ਮੈਂ? ਵੀਰੇ ਮੈਂ ਵੀ ਸਮਝਾਇਆ ਉਹਨਾਂ ਨੂੰ ਵੀ ਹਾਂ ਵੱਡੇ ਵੱਡੇ ਟਰੈਕਟਰ ਆ ਜਾਣੇ ਆ ਵਾ, ਜਿਵੇਂ ਕੈਨੇਡਾ ਦੇ ਵਿੱਚ ਮਤਲਬ ਆਊਟ ਆਫ ਆਊਟ ਆਫ ਮਤਲਬ ਕੰਟਰੀ ਤੋਂ ਜਿੱਦਾਂ ਖੇਤੀਆਂ ਹੁੰਦੀਆਂ ਨੇ ਏਦਾਂ ਜਾਣੀ ਪ੍ਰਾਈਵੇਟ ਕੰਪਨੀ। ਹਾਂਜੀ, ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ, ਪਰ ਸਮਝਦੇ ਨੀ ਹੈਗੇ ਲੋਕੀ, ਸਿੱਧਾ ਟਾਰਗੇਟ ਕਰ ਲੈਂਦੇ, ਹਾਂ ਹਾਂ ਤੁਸੀਂ ਗਲਤ ਕਰਨ ਲੱਗੇ ਹੋ। ਤਾਂ ਫਿਰ ਮੈਂ ਉਹਨਾਂ ਨੂੰ ਏਦਾਂ ਹੀ ਸਿੰਪਲ ਵੇ ਨਾਲ ਸਮਝਾਉਣਾ ਚਾਹੁੰਦਾ ਵਾ ਵੀ ਜਿੱਦਾਂ ਇੱਥੇ ਥੋੜੇ ਟਾਈਮ ਪਹਿਲਾਂ ਅੱਤੋਂ 7-8 ਮਹੀਨੇ ਪਹਿਲਾਂ ਇੱਥੇ NRC ਲਾਗੂ ਹੋਈ ਸੀਗੀ, ਵੀ ਤੁਸੀਂ ਬੜਾ ਪ੍ਰੋਟੈਸਟ ਕਰ ਰਹੇ ਸੀ, ਸਾਨੂੰ ਲੱਗ ਰਿਹਾ ਤੁਸੀਂ ਗਲਤ ਕਰ ਰਹੇ ਹੋ। ਹਾਂਜੀ ਹਾਂਜੀ, ਮੈਂ ਵੀ ਉਹਨਾਂ ਨੂੰ ਏਦਾਂ ਹੀ ਸਮਝਾਉਣਾ ਚਾਹਿਆ। NRC ਲੱਗੀ ਸੀ ਨਾ ਇੱਥੇ ਮਤਲਬ ਪੂਰੇ ਇੰਡੀਆ ਦੇ ਵਿੱਚ, ਹਾਂਜੀ, ਤੇ ਸਮਝਾਇਆ ਉਹਨਾਂ ਨੂੰ ਉਹਨਾਂ ਦੇ ਵੇ ਨਾਲ ਵੀ ਸਾਨੂੰ ਵੀ ਲੱਗਿਆ ਸੀ ਵੀ ਅਸੀਂ ਵੀ ਸਾਨੂੰ ਇਹ ਲੱਗ ਰਿਹਾ ਸੀ ਵੀ ਗਲਤ ਕਰ ਰਹੇ ਹੋ ਤੁਸੀਂ, ਵੀ NRC ਦੇ ਨਾਂ ਦੇ ਉੱਤੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਪਰ ਹੈਲੋ ਬੋਲੋ ਭਾਜੀ, ਬੋਲੋ, ਆਵਾਜ਼ ਆਉਂਦੀ ਤੁਹਾਡੀ? ਬਹੁਤ ਵਧੀਆ ਆਵਾਜ਼ ਆਉਂਦੀ ਆ। ਹੈਲੋ, ਲੱਗਦਾ ਭਾਜੀ ਦਾ ਨੈੱਟ ਕੱਟ ਹੋ ਗਿਆ, ਅਗਲੇ ਕਾਲਰ ਨਾਲ ਗੱਲ ਕਰਦੇ ਆ ਜੀ, ਲੱਗਦਾ ਭਾਜੀ ਦਾ ਨੈੱਟ ਡਿਸਕਨੈਕਟ ਹੋ ਗਿਆ ਆ। ਦੂਜੀ ਗੱਲ ਆ ਭਰਾਵੋ, ਫੋਨ ਹੀ ਹੈਂਗ ਹੋਈ ਜਾਂਦਾ, ਕਾਲਾਂ ਇੰਨੀਆਂ ਕਾਲਾਂ। ਹੈਲੋ, ਸਤਿ ਸ੍ਰੀ ਅਕਾਲ ਜੀ। ਹੈਲੋ, ਰੇਡੀਓ ਬੰਦ ਕਰ ਲੋ। ਹੈਲੋ ਭਰਾ ਮੇਰਾ, ਟਾਈਮ ਨੀ ਹੁੰਦਾ ਯਾਰ, ਕਾਲਰ ਬਹੁਤ ਜ਼ਿਆਦਾ ਆ, ਤੇ ਰੇਡੀਓ ਬੰਦ ਕਰਕੇ ਵੀਰੋ ਮਿਹਨਤ ਵਾਲੀ ਹੱਥ ਜੋੜ ਕੇ, ਮਿਹਨਤ ਵਾਲੀ ਗੱਲ ਹੀ ਆ, ਜਦੋਂ ਤੁਹਾਡੀ ਕਾਲ ਮਿਲਦੀ ਰੇਡੀਓ ਬਾਅਦ 'ਚ ਸੁਣ ਲਿਆ ਕਰੋ, ਮੇਰੇ ਫੇਸਬੁੱਕ 'ਤੇ ਵੀ ਚੱਲਦਾ ਪਿਆ, ਉੱਥੇ ਰਿਕਾਰਡ ਹੋ ਜਾਣੀ, ਉਹ ਸੁਣ ਲਿਓ, ਨਾਲੇ ਸ਼ੇਅਰ ਕਰ ਦਿਓ ਯਾਰਾਂ ਦੋਸਤਾਂ ਨੂੰ ਵੀ ਅਸੀਂ ਹਿੰਦੀ ਰੇਡੀਓ 'ਤੇ ਆਹ ਵਾਲੀ ਗੱਲ ਕਹੀ ਆ ਜੀ, ਕਿਸਾਨ ਵਿਰੋਧੀ ਬਿੱਲ ਬਾਰੇ। ਤੁਸੀਂ ਫੇਸਬੁੱਕ 'ਤੇ ਬਾਅਦ 'ਚ ਸੁਣ ਲਿਓ, ਜਦੋਂ ਕਾਲ ਲੱਗ ਗਈ ਕਾਲ ਵੱਲ ਧਿਆਨ ਦਿਆ ਕਰੋ ਭਰਾ ਮੇਰੇ। ਸਤਿ ਸ੍ਰੀ ਅਕਾਲ ਜੀ, ਹਿੰਦੀ ਦੇ ਸਵਾਲ ਦੱਸੋ ਦੱਸੋ, ਕਿਸਾਨ ਵਿਰੋਧੀ ਬਿੱਲ ਬਾਰੇ ਕਹਿਣਾ ਚਾਹੁੰਦੇ ਹੋ?
ਕਿਸਾਨ ਵਿਰੋਧੀ ਬਿੱਲ ਹੀ ਆਪਾਂ ਬਿਲਕੁਲ ਖਿਲਾਫ ਆ। 25 ਤਰੀਕ ਨੂੰ ਧਰਨਾ ਵੀ ਆਪਾਂ ਗਏ ਆ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ। ਜਿੰਨਾ ਚਿਰ ਆਪਾਂ ਏਕੇ ਜਾਂ ਓਦਾਂ ਚਿਰ ਕੁਛ ਨੀ ਹੋ ਸਕਦਾ। ਭਾਵੇਂ ਅੱਜ ਰਾਸ਼ਟਰਪਤੀ ਨੇ ਜਿਹੜੇ ਕਿ 3 ਬਿੱਲ ਕਾਨੂੰਨ ਬਣਾ ਦਿੱਤੇ ਆ, ਮੋਹਰ ਲਾ ਦਿੱਤੀ ਆ, ਰੌਲਾ ਵਾ ਆਪਣੇ ਏਕੇ ਦੇ ਵਿੱਚ ਵੀਰ ਜੀ। ਕਿਉਂਕਿ ਕੱਲ ਨੂੰ ਜਦੋਂ ਪ੍ਰਾਈਵੇਟ ਮੰਡੀਆਂ ਲੱਗਣਗੀਆਂ ਕਿਸਾਨਾਂ ਦਾ ਏਕਾ ਹੀ ਚਾਹੀਦਾ। ਹੁਣ ਮੰਨ ਲਈਏ ਚਲੋ ਜਿਵੇਂ ਸਰਕਾਰੀ ਬੋਲੀ 2000 ਆ ਤੇ ਪ੍ਰਾਈਵੇਟ ਮੰਡੀ ਵਾਲਾ ਕੋਈ ਵੀ ਆ ਉਹ 2100 ਦਊਗਾ, 2200 ਦਊਗਾ, ਤਾਂ ਕਿਸਾਨਾਂ ਤੇ ਆ। ਜੇ ਕਿਸਾਨ ਫਿਰ ਉੱਧਰ ਜਾਂਦੇ ਆ, ਅਗਲੇ ਨੇ ਕਹਿਣਾ ਸਾਨੂੰ 200 ਰੁਪਇਆ ਵੱਧ ਮਿਲਦਾ ਵਾ, 200 ਇੱਕ ਫਸਲ ਦਾ ਵੱਧ ਦੇ ਦੇਣਗੇ, 2 ਫਸਲ ਦਾ ਵੱਧ ਦੇਣਗੇ, 2 ਸਾਲ ਦੇ ਦੇਣਗੇ, ਤੇ ਸਰਕਾਰ ਨੇ ਕਹਿਣਾ ਹੁਣ ਸਾਡੂ ਮੰਡੀ ਦਾ ਖਰਚਾ ਪੈ ਰਿਹਾ, ਸਰਕਾਰੀ ਮੰਡੀਆਂ ਉਹ ਖਤਮ ਹੋ ਜਾਣੀਆਂ ਨੇ ਤੇ ਇਕੱਲੀ ਮੰਡੀ ਪ੍ਰਾਈਵੇਟ ਰਹਿ ਜਾਣੀ ਆ। ਜਦੋਂ ਪ੍ਰਾਈਵੇਟ ਮੰਡੀ 'ਚ ਫੇਰ ਜਾਊਗਾ ਕਿਸਾਨ, ਉਹਨਾਂ ਨੇ ਕਹਿਣਾ ਵੀ ਹੁਣ ਸਰਕਾਰੀ ਮੰਡੀ ਕੋਈ ਰਹਿ ਨਹੀਂ, ਸ਼ਤਾਬਦੀ ਬੋਲੀ 'ਚ ਤਾਂ 1500 ਦਿੰਦੇ ਆ ਸਾਨੂੰ, ਉਹਨਾਂ ਕਹਿਣਾ ਸਿੱਟ ਲਓ ਕਿੱਥੇ ਸਿੱਟ ਦਿਓ। ਫਿਰ ਇੱਥੇ ਕਿਸਾਨਾਂ ਨੇ ਫਸ ਜਾਣਾ। ਹੁਣ ਜਾਂ ਤਾਂ ਕਿਸਾਨਾਂ ਦਾ ਜਿੰਨਾ ਚਿਰ ਏਕਤਾ ਵਾ ਉਨਾ ਚਿਰ ਹੀ ਸਭ ਕੁਛ ਸਹੀ ਆ, ਨਹੀਂ ਤਾਂ ਔਖਾ ਹੋ ਜੂ ਵੀਰ ਜੀ ਬਹੁਤ ਜ਼ਿਆਦੇ। ਮੈਂ ਫੋਟੋਆਂ ਵੀ ਦੇਖੀਆਂ ਇੰਟਰਨੈਟ ਤੇ ਘੁੰਮਦੀਆਂ, ਅਡਾਨੀਆਂ ਦੇ ਤਾਂ ਗੋਦਾਮ ਗਦੂਮ ਪਹਿਲਾਂ ਦੇ ਹੀ ਬਣੇ ਹੋਆ, ਤੁਹਾਡੇ ਵੱਲ ਲੁਧਿਆਣੇ ਵੱਲ ਬਹੁਤ ਬਣੇ ਪਏ ਆ। ਹਾਂਜੀ ਹਾਂ, ਮੋਗੇ ਲੱਗਿਆ ਹੋਇਆ ਜੀ ਇਹਨਾਂ ਦਾ, ਤੇ ਇੱਧਰ ਜਿੰਨੀਆਂ ਵੀ ਆਪਣੇ ਹੋਰ ਬੰਦਰਗਾਹਾਂ ਬਣ ਰਹੀਆਂ ਜਾਂ ਹੋਰ ਵੀ ਕੁਛ ਬਣ ਰਿਹਾ, ਸਾਰੇ ਅਡਾਨੀ ਅੰਬਾਨੀ ਇਹਨਾਂ ਨੇ, ਇਹਨਾਂ ਦੇ ਪੰਜਾਬ ਗੁਲਾਮ ਆ ਜੀ, ਸਰਕਾਰ ਇਹਨਾਂ ਦੀ ਗੁਲਾਮ ਆ ਤੇ ਹੁਣ ਹੌਲੀ ਹੌਲੀ ਪੰਜਾਬ ਨੂੰ ਪਤਾ ਜੋ ਇਨਕਲਾਬ ਉੱਠਦਾ ਪੰਜਾਬ ਤੋਂ ਹੀ ਉੱਠਦਾ, ਜੇ ਪੰਜਾਬ ਗੁਲਾਮ ਹੋ ਗਿਆ ਤਾਂ ਦੁਨੀਆਂ ਗੁਲਾਮ ਆ ਜੀ। ਪੰਜਾਬ ਦੇ ਵਿੱਚ ਏਕਾ ਚਾਹੀਦਾ ਬਸ, ਰੌਲਾ ਉਹੀ ਆ ਸਭ ਕੁਛ। ਹੁਣ ਆਪਣੇ ਵਿਰੋਧ ਵੀ ਬਹੁਤ ਚੱਲ ਰਿਹਾ, ਵਾਈ ਕੋਰਟ ਤੁਸੀਂ ਦੇਖੇ ਹੋਣੀ ਜੀ ਕਿੰਨੀਆਂ ਕਾਲਾਂ ਵਾਇਰਲ ਹੋ ਰਹੀਆਂ, ਹਰੇਕ ਹੀ ਪੋਰਟ ਦੀ ਕਰ ਰਿਹਾ, ਸਿਮ ਜਿਹੜੇ ਜੀਓ ਦੇ ਸਿਮ ਨੇ ਪੋਰਟ ਕਰਾਓ ਜੀ ਹੋਰ ਕੰਪਨੀ ਦੇ ਵਿੱਚ, ਜਿੰਨੇ ਰਿਲਾਇੰਸ ਦੇ ਪੈਟਰੋਲ ਪੰਪ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਵੀ ਅਸੀਂ ਇੱਥੋਂ ਤੇਲ ਨੀ ਪਵਾਉਣਾ, ਤਾਂ ਹੀ ਅੱਗ ਲਾਉਣੀ ਆ ਜੀ ਇਹ। ਤੇ ਆਹ ਹੁਣ ਜਿਹੜਾ ਅਸਤੀਫਾ ਦਿੱਤਾ ਜੀ ਉਧਰ ਉਹਨਾਂ ਨੇ, ਫਿਰ ਅੱਜ ਆਪਣਾ ਆਹ ਨਾਤਾ ਤੋੜ ਲਿਆ ਬੀਜੇਪੀ ਦੇ ਅਕਾਲੀ ਦਲ ਦਾ ਵੀ ਅਸੀਂ ਦੋ, ਇਹ ਰੌਲਾ 2022 ਦਾ ਸਾਰਾ, ਇਹ ਅੱਜ ਦੀ ਗੱਲ ਨੀ ਹੈਗੀ, 2022 ਨੂੰ ਦੇਖ ਕੇ ਸਭ ਕੁਛ ਹੋ ਰਿਹਾ। ਅਸੀਂ ਮੂੰਹ ਦਿਖਾਉਣ ਜੋਗੇ ਕੀ ਰਵਾਂਗੇ, ਐਨਡੀਏ ਸਰਕਾਰ ਆ ਉਹਨੇ ਆਹ ਫੈਸਲੇ ਲੈਤੇ ਪੰਜਾਬ ਦੇ ਖਿਲਾਫ਼, ਕਿਸਾਨਾਂ ਦੇ ਖਿਲਾਫ਼, ਵੀ ਤੁਸੀਂ ਤਾਂ ਅਕਾਲੀ ਦਲ ਤੁਸੀਂ ਤਾਂ ਵਿੱਚ ਸੀਗੇ, ਤੁਹਾਡੀ ਵਜ਼ਾਰਤ ਸੀ, ਅਸਤੀਫਾ ਦੇ ਤਾਂ ਲਓ ਜੀ ਅਸੀਂ ਬਾਹਰ ਆ ਗਏ, ਉਹਨਾਂ ਕਹਿਣਾ ਫਿਰ ਤੁਹਾਡਾ ਗੱਠਜੋੜ ਸੀ, ਲਓ ਜੀ ਅਸੀਂ ਗੱਠਜੋੜ ਤੋੜਤਾ, ਮਤਲਬ ਹੁਣ ਅਸੀਂ 2022 ਚ ਕਹਿੰਦੇ ਅਸੀਂ ਮੂੰਹ ਦਿਖਾਉਣ ਜੋਗੇ ਆ। ਪਰ ਇਹ ਸਿਆਸਤ ਆ ਬਿਨਾਂ, ਹੁਣ ਇੱਕ ਤਾਂ ਹੈਗੇ ਵੀ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਦੇਖੋ ਤੁਸੀਂ ਜਿਹੜਾ 25 ਸਤੰਬਰ ਦਾ ਧਰਨਾ ਹੋਇਆ, ਕੋਈ ਵੀ ਸੀਗਾ ਵੀ ਕੋਈ ਝੰਡਾ ਨੀ ਕਿਸੇ ਦਾ ਵੀ ਪਾਰਟੀ ਦੇ ਲੈ ਕੇ ਆਉਣਾ, ਪਰ ਫਿਰ ਵੀ ਤੁਹਾਨੂੰ ਪਤਾ ਜਿਹੜੇ ਚਮਚੇ ਨੇ ਜਿਹਨਾਂ ਨੇ ਪੰਜਾਬ ਦਾ ਇਹ ਹਾਲ ਕਰਤਾ ਨਾ, ਜਿਹੜੇ ਦਾਰੂ ਮਗਰ ਭੁਜੇ ਮਗਰ ਬਹਿ ਕੇ ਜਾਂਦੇ ਨੇ, ਚਮਚਿਆਂ ਮਗਰ ਇਹਨੂੰ ਵੋਟ ਪਾ ਦੇ, ਉਹਨੂੰ ਵੋਟ ਪਾ ਦੇ, ਫਿਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਹੋਈ ਆ ਆਪਦੇ ਝੰਡੇ ਆ ਜਿਹੜੇ ਸੰਦੂਖਾਂ ਦੇ ਵਿੱਚ ਰੱਖ ਕੇ ਗਏ ਨੇ, ਪਰ ਕਈ ਜਿਹੜੇ ਬੇਸ਼ਰਮ ਸੀ ਉਹ ਝੰਡੇ ਫਿਰ ਵੀ ਲੈ ਕੇ ਗਏ ਨੇ ਆਪਦੀਆਂ ਪਾਰਟੀਆਂ ਦੇ, ਨਾਲੇ ਪਤਾ ਵੀ ਪਾਰਟੀਆਂ ਨੇ ਪੰਜਾਬ ਦਾ ਕੀ ਹਾਲ ਕਰਤਾ। ਮੈਨੂੰ ਤਾਂ ਇਹ ਲੱਗਦਾ ਯਾਰ ਪੰਜਾਬ ਦੇ ਲੋਕ ਪੁਰਾਣੀਆਂ ਗੱਲਾਂ ਭੁੱਲ ਜਾਂਦੇ ਆ। 2022 ਚ ਮੈਂ ਜਿੱਥੋਂ ਤੱਕ ਮੇਰੀ ਪ੍ਰੈਡਿਕਸ਼ਨ ਆ, ਇਹਨੀ ਆਮ ਆਦਮੀ ਨੀ, ਇਹਨੀ ਅਕਾਲੀਆਂ ਨੂੰ ਜਿਤਾ ਦੇਣਾ ਜਿੱਥੋਂ ਤੱਕ ਮੇਰੀ ਸੋਚ ਆ। ਅਗਲੀ ਸਰਕਾਰ ਸੁਖਬੀਰ ਬਾਦਲ ਮੁੱਖ ਮੰਤਰੀ ਬਣੂਗਾ, ਮੇਰੀ 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 ਕਈ ਉਹ ਗੱਲ ਨੋਟ ਕਰ ਲਿਓ, 2 ਸਾਲ ਬਾਅਦ ਫਿਰ ਮਿਲਾਂਗੇ ਭਾਈ, ਸੁਖਬੀਰ ਬਾਦਲ ਅਗਲਾ ਪੰਜਾਬ ਦਾ ਮੁੱਖ ਮੰਤਰੀ ਆ। ਸਹੀ ਗੱਲ ਆ ਵੀਰ ਜੀ, ਹੁਣ ਮਤਲਬ ਮੰਨ ਕੇ ਚੱਲੋ ਕਾਂਗਰਸ ਤੋਂ ਦੁਖੀ ਆ, ਹੁਣ ਕਿਹਨੂੰ ਦਈਏ? ਆ ਜਿਹੜੀ ਲਹਿਰ 2017 ਚ ਝਾੜੂ ਇੱਕ ਹੱਕ ਚ ਉੱਠੀ ਸੀ ਉਹ ਕਿਤੇ ਉੱਠ ਖੜੂ ਦੁਬਾਰੇ? ਕਾਂਗਰਸ ਤੋਂ ਦੁਖੀ ਆ, ਝਾੜੂ ਵਾਲੀ ਲਹਿਰ ਉਹ ਬਣਨੀ ਨੀ, ਫਿਰ ਕਾਲੀ ਰਹਿ ਗਏ। ਬਾਕੀ ਦੇਖੋ ਭਾਜਪਾ ਕਹਿੰਦੀ ਅਸੀਂ ਅਲੱਗ ਲੜਨੀ, ਹੁਣ ਮਦਨ ਮੋਹਨ ਮਿੱਤਲ ਸਾਹਿਬ ਦਾ ਕੱਦੇ ਕਹਿੰਦੇ ਆ ਵੀ ਅਸੀਂ ਤਾਂ ਹਾਪੀਆਂ ਮਾਰਦੇ ਫਿਰਦੇ ਆ ਵੀ ਅਸੀਂ ਅਲੱਗ ਲੜਾਂਗੇ 117 ਸੀਟਾਂ। ਹੁਣ 117 ਇਹਨਾਂ ਨੂੰ ਬੰਦੇ ਚਾਹੀਦੇ, ਉਹ ਸਾਰੇ ਸ਼ੇਰਬਾਨੀ ਸਵਾਈ ਫਿਰਦੇ ਆ, 117 ਬੰਦੇ ਭਾਜਪਾ ਵਾਲੇ ਖੜੇ ਕਰਨਗੇ ਆਪਦੇ, ਤੇ ਸਾਰੇ ਆ 2022 ਦੀ ਡਫਲੀ ਵਜਾਉਂਦੇ ਫਿਰਦੇ ਆ, ਸਾਰੇ 2022 ਦਾ ਢੋਲ ਵਜਾਉਂਦੇ ਫਿਰਦੇ ਆ। ਬਾਕੀ ਜਦੋਂ ਤੱਕ ਚੋਣ ਜਾਬਤਾ ਮੰਨ ਕੇ ਚੱਲੋ ਵੀ ਅੱਜ 2022 ਚ ਵੋਟਾਂ ਨੇ, ਜਦੋਂ ਹੀ ਚੋਣ ਜਾਬਤਾ ਲਾਗੂ ਹੋ ਗਿਆ ਨਾ, ਸਾਰਿਆਂ ਨੇ ਕਿਸੇ ਨੇ ਅਕਾਲੀ ਬਣ ਜਾਣਾ, ਕਿਸੇ ਨੇ ਕਾਂਗਰਸੀ ਬਣ ਜਾਣਾ, ਕਿਸੇ ਨੇ ਝਾੜੂ ਵਾਲੇ, ਅੱਜ ਅਸੀਂ ਵੀ ਕਿਸਾਨ ਮਜ਼ਦੂਰ ਏਕਾ ਜਿੰਦਾਬਾਦ ਕਰਦੇ ਫਿਰਦੇ ਨਾ, ਉਦੋਂ ਅਸੀਂ ਵੀ ਝੰਡੇ ਚੱਕ ਲੈਂਦੇ ਆ, ਬਸ ਉਦੋਂ ਪੰਜਾਬ ਦਾ ਸਮਝ ਲਿਓ ਖਾਤਮਾ। ਬਾਈ ਬਹੁਤ ਵਧੀਆ ਗੱਲਾਂ ਲੱਗੀਆਂ ਤੇਰੀਆਂ, ਬਹੁਤ ਵਧੀਆ ਸੋਚ ਆ, ਨਾਂ ਦੱਸਦਾ ਜਾਂਦਾ ਜਾਂਦਾ। ਵੀਰ ਜੀ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ ਆਪਾਂ, ਤੁਹਾਡੇ ਪ੍ਰਸ਼ਾਸਕ ਤੁਹਾਡੇ ਯਾਰ ਮਿੱਤਰ ਗੱਲ ਹੁੰਦੀ ਆ, ਮਨਦੀਪ ਸਿੰਘ ਪਿੰਡ ਕਾਲਖ ਜ਼ਿਲ੍ਹਾ ਲੁਧਿਆਣਾ, ਤੇ ਬਹੁਤ ਧੰਨਵਾਦ ਆ ਵੀਰ ਜੀ ਤੁਸੀਂ ਮੌਕਾ ਦਿੱਤਾ, ਤੇ ਬਹੁਤ ਵਧੀਆ ਕੰਮ ਆ ਤੁਹਾਡਾ, ਤੇ ਲੱਗੇ ਹੋਏ ਸੀ ਜਿਹੜੀ ਤੁਸੀਂ ਮਿਹਨਤ ਇੰਨੇ ਟਾਈਮ ਤੋਂ ਰੇਡੀਓ ਚਲੋ ਚੱਲਿਆ, ਤੁਹਾਡਾ ਬਹੁਤ ਮੁਬਾਰਕਾਂ ਵੀਰ ਜੀ, ਬਸ ਇੱਦਾਂ ਹੀ ਜਿਹੜੀ ਆਵਾਜ਼ ਆ ਤੁਸੀਂ ਉਠਾਉਂਦੇ ਰਹੋ, ਤੇ ਫਿਰ ਵੀ ਵੀਰ ਜੀ ਅੱਗੇ ਦਿਓ ਮੌਕਾ, ਬਹੁਤ ਬਹੁਤ ਧੰਨਵਾਦ ਤੁਸੀਂ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਤੇ ਬੜੇ ਕਮੈਂਟ ਆ ਰਹੇ ਭਾਜੀ, ਨੰਬਰ ਕੀ ਆ? ਨੰਬਰ ਲਈ ਮੈਂ ਪਹਿਲਾਂ ਵੀ ਵੀਡੀਓ ਪਾ ਚੁੱਕਾ ਭਰਾਵੋ, ਚਲੋ ਫੇਰ ਦੱਸ ਦਿੰਨਾ, ਵਟਸਐਪ ਕਾਲ ਕਿਸੇ ਵੀ ਦੇਸ਼ ਤੋਂ ਤੁਸੀਂ ਕਰ ਸਕਦੇ ਆ, +1 ਕੋਡ ਆ ਕੈਨੇਡਾ ਦਾ, 236 ਏਰੀਆ ਕੋਡ ਆ, +1 236 412 0325, +1 236 412 0325, ਇਸ ਨੰਬਰ ਤੇ ਵਟਸਐਪ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲਦੇ ਤੇ ਕੀ ਜਾਣ ਚਾਹੁੰਦੇ ਭਾਜੀ? ਹੈਲੋ ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਭਾਜੀ?
ਭਾਜੀ ਥੋੜਾ ਉੱਚੀ ਬੋਲੋ, ਚਾਹ ਚੂ ਪੀ ਕੇ ਆਓ, ਲਾਚੀਆਂ ਅਦਰ ਕਾਲੀ ਥੋੜੀ ਜੀ। ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਕਿੱਥੋਂ ਬੋਲਦੇ ਤੇ ਕੀ ਕਹਿਣਾ ਚਾਹੁੰਦੇ ਕਿਸਾਨ ਵਿਰੋਧੀ ਬਿੱਲ ਬਾਰੇ? ਭਾਜੀ ਗਲੋਟੀ ਵੀਰੇ, ਮੈਂ ਗਲੋਟੀ ਤੋਂ ਬੋਲਦਾ, ਡਿਸਟ੍ਰਿਕਟ ਮੋਗੇ ਤੋਂ। ਹਾਂਜੀ ਹਾਂਜੀ, ਗਲੋਟੀ ਪੰਜਾਬ ਤੋਂ। ਹਾਂਜੀ ਹਾਂਜੀ, ਨਾ ਬੜਾ ਵਧੀਆ ਗਲੋਟੀ। ਹਾਂ ਵੀਰੇ, ਬਹੁਤ ਦਿਨ ਵੀਡੀਓ ਵੇਖਣਾ ਮੈਂ, ਬਹੁਤ ਟਾਈਮ ਹੋ ਗਿਆ, 2-3 ਸਾਲ ਹੀ ਹੋ ਗਏ ਘੱਟੋ ਘੱਟ। ਹਾਂਜੀ ਹਾਂਜੀ, ਤੇ ਕਿਸਾਨ ਵਿਰੋਧੀ ਬਿੱਲ ਬਾਰੇ ਕੀ ਕਹਿਣਾ ਚਾਹੁੰਦੇ ਭਾਜੀ, ਕੀ ਵਿਚਾਰ ਹੈ? ਬਿੱਲ ਤਾਂ ਵੀਰੇ ਕੁਛ ਨੀ ਹੋਣਾ, ਰਾਸ਼ਟਰਪਤੀ ਨੇ ਮੋਹਰ ਲਾ ਤੀ ਅੱਜ, 2 ਘੰਟੇ ਪਹਿਲਾਂ ਖਬਰ ਆਈ ਆ। ਹਾਂਜੀ, ਹੁਣ ਤਾਂ ਵੀਰੇ ਵਾਪਸ ਹੋਵੇ ਤਾਂ ਹੀ ਹੱਲ ਹੋਣਾ ਕੋਈ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਮੱਕੀ ਮੁੱਕੀ ਦਾ ਆਪਣੇ ਚੱਲਦਾ ਪਿਆ ਕੰਮ। ਹਾਂਜੀ, 17-1800 ਰੁਪਿਆ ਰੇਟ ਆ, 500-600 ਨੂੰ ਖਰੀਦੀ ਜਾਂਦੇ ਆ। ਹਾਂਜੀ ਹਾਂਜੀ, ਜਿੱਦਾਂ ਨਵਾਂ ਵੀਰੇ 4500 ਨੂੰ ਆ, ਹਾਂਜੀ ਖਰੀਦਿਆ ਦੀ ਮਰਜ਼ੀ ਨਾਲ ਪਏ ਆ। ਸਹੀ ਆ, ਇਹ ਤਾਂ ਲੋਕਾਂ ਨੂੰ ਐ ਕਰਨਾ, ਬਾਣੀ ਬੁਣੀ ਸਾਡੇ ਨੇੜੇ ਵੀਰੇ ਡਗਰੂ ਆ ਪਿੰਡ ਆ, 60 ਕਿਲੋਮੀਟਰ ਦੂਰ ਆ। ਹਾਂ, ਇੱਥੇ ਇਹਨਾਂ ਲਾਇਆ ਹੋਇਆ, ਅੰਡਾਣੀ ਹਰਾਂ ਨੇ ਬੜਾ ਤਗੜਾ ਲਾਇਆ ਹੋਇਆ ਕਣਕ ਦਾ। ਹਾਂਜੀ, ਕਣਕ ਰੱਖਦੇ ਆ, 10 ਸਾਲ ਹੋ ਗਏ ਘੱਟੋ ਘੱਟ, ਸਿੱਧੀਆਂ ਟਰਾਲੀਆਂ ਜਾਂਦੀਆਂ ਉਹਦੇ, ਕਣਕ ਤਾਰ ਲੈਂਦੇ ਆ, ਪੈਸੇ ਨਗਦੋ ਨਗਦ ਦੇ ਦਿੰਦੇ ਆ। ਤੇ ਇੱਦਾਂ ਹੀ ਮੇਰੇ ਪੰਜਾਬ ਇਹਨੇ ਹਿਸਾਬ ਲਾ ਲਿਆ, ਜਿਹੜੇ ਜਿਹੜਾ ਅੰਬਾਨੀ ਆ 60ਵੇਂ 70ਵੇਂ ਨੰਬਰ ਤੇ ਸੀ ਸੰਸਾਰ ਚ ਅਮੀਰਾਂ ਚ, ਫਿਰ 20ਵੇਂ ਤੇ ਆਇਆ, 15ਵੇਂ ਤੇ ਆਇਆ, 4th ਤੇ ਆ ਗਿਆ। ਕਿਹਦੀ ਮਿਹਰਬਾਨੀ? ਗੋਡਫਾਦਰ ਦੀ ਮਿਹਰਬਾਨੀ, ਜਿਹੜਾ ਹੱਥ ਰੱਖੀ ਬੈਠਾ ਉਹਦੇ ਸਿਰ ਤੇ, ਉਹਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਵਰਲਡ ਦੇ ਅਮੀਰਾਂ ਚ। ਗੋਡਫਾਦਰ ਨੇ ਉਹਦੇ ਨੇ ਹੱਥ ਰੱਖਿਆ ਵੀ ਕਹਿੰਦਾ ਜਿਹੜਾ ਗਰੀਬ ਰੋਟੀ ਖਾਂਦਾ ਉੱਚੋ ਵੀ ਤੂੰ ਪੈਸੇ ਕਮਾਊ, ਜਿਹੜਾ ਗਰੀਬ ਦਿਹਾੜੀ ਕਰਕੇ 100-200 ਦਿਹਾੜੀ ਕਰਦਾ ਸ਼ਾਮ ਨੂੰ ਰੋਟੀ ਦੀ ਜਿਹੜੀ 2 ਬੁਰਕੀਆਂ ਖਾਂਦਾ ਉੱਚੋ ਵੀ ਤੈਨੂੰ ਪੈਸੇ ਕਮਾ ਕੇ ਦਊਂਗਾ। ਸਹੀ ਗੱਲ ਆ, ਸਹੀ ਗੱਲ ਆ ਵੀ। ਹੁਣ ਦੂਜਾ ਕਿਹੜਾ ਭਰਾ ਜਾਂਦਾ ਬਾਣੀ ਦਾ, ਉਹ ਵਿਚਾਰਾ ਰੋਈ ਜਾਂਦਾ, ਉਹ ਰੋਈ ਜਾਂਦਾ ਭਾਜੀ। $700 million ਲੈਣਾ ਚੀਨ ਦੇ ਬੈਂਕਾਂ ਨੇ, ਤੇ ਉਹਦਾ ਉਹ ਕੇਸ ਚੱਲਦਾ ਪਿਆ। ਉਹ ਚੀਨੇ ਕਹਿੰਦੇ ਭਾਈ ਤੂੰ ਲੈਵਿਸ਼ ਲਾਈਫ ਸਟਾਈਲ ਜੀਣਾ ਆ, ਭਾਈ ਤੂੰ ਕਹਿੰਦਾ ਮੇਰੇ ਤੋਂ ਪੈਸਾ ਹੈ ਨੀ, ਤੇ ਆ ਸੁਣਵਾਈ ਹੋਈ ਸੀ ਕੱਲ ਪਰਸੋਂ, ਉਹਦਾ ਬੜਾ ਰੌਲਾ ਪਿਆ ਆ ਹੁਣ। ਹਾਂ ਹਾਂ ਵੀਰੇ, ਉਹੀ ਤਾਂ ਗੱਲ ਕਹਿ ਰਿਹਾ ਵੀ ਉਹਦੇ ਤੇ ਹੱਥ ਨੀ ਹੈਗਾ, ਤੇ ਹੁਣ ਰੋਲ ਦੂ ਇਸ ਹਿਸਾਬ ਤੇ ਤਾਂ ਪੰਜਾਬ ਨੂੰ ਖਤਮ ਕਰ ਦਾਂਗੇ ਵੀਰੇ 5-6 ਸਾਲਾਂ ਚ ਹੌਲੀ ਹੌਲੀ। ਭਾਜੀ, ਪੰਜਾਬ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ 47 ਤੋਂ ਹੀ ਚੱਲਦੀਆਂ ਆਉਂਦੀਆਂ, ਪੰਜਾਬ ਨੂੰ ਤਾਂ ਖਤਮ 47 ਤੋਂ ਹੀ ਸ਼ੁਰੂ ਕਰਤਾ ਜਦੋਂ ਵੰਡ ਹੋਈ ਦੇਸ਼ ਦੀ। ਕਿਹਦਾ ਵੰਡ ਹੋਈ ਸੀ, ਕਿਹਦੀ ਵੰਡ ਹੋਈ ਦੱਸੋ? ਰਾਜਸਥਾਨ ਪਤਾ ਹੀ ਆ, ਪੰਜਾਬ ਦੀ ਵੀਰੇ ਵੰਡ ਹੋਈ ਆ, ਉਹ ਤਾਂ ਵੰਡ ਹੋਈ ਨੀ, ਵੰਡ ਭਾਰਤ ਦੀ ਨੀ ਹੋਈ, ਵੰਡ ਪੰਜਾਬ ਦੀ ਹੋਈ ਆ। ਅਸੀਂ ਯਾਰ ਅਸੀਂ ਪਤਾ ਕੀ ਗੱਲ, ਇੱਕ ਤਾਂ ਸਾਡੀ ਕੌਮ ਚ ਏਕਾ ਹੈ ਨੀ, ਹੈਨਾ। ਮੇਰੇ ਵੀ ਨਾ ਦਾਦੇ ਰਹੀ ਨਾ ਪਾਕਿਸਤਾਨ ਨੂੰ ਆਏ ਸੀਗੇ। ਹਾਂਜੀ ਹਾਂਜੀ, ਮੈਨੂੰ ਦੱਸਿਆ ਉਹਨਾਂ ਨੇ ਹਾਲਾਤ ਮੈਨੂੰ ਵੀ ਆਹ ਹਾਲਾਤ ਸੀਗੇ, ਉਹ ਨਾ ਵੰਡ ਪੰਜਾਬ ਦੀ ਹੋਈ ਆ, ਵੰਡ ਕੋਈ ਇੰਡੀਆ ਦੀ ਨੀ ਹੋਈ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹਰਿਆਣਾ ਕੱਢਦਾ, ਵਿੱਚੋਂ ਹਿਮਾਚਲ ਕੱਢਦਾ, ਫਿਰ ਤੁਹਾਨੂੰ ਪਤਾ ਹੀ ਆ ਪੰਜਾਬ ਦੀ ਵੰਡ ਹੋਈ। ਭਾਈ ਮਤਲਬ ਸਨ 47 ਤੋਂ ਹੀ ਪੰਜਾਬ ਦੇ ਪਿੱਛੇ ਪਿਓ ਆ ਪਹਿਲਾਂ, ਭਾਈ ਉਹੀ ਤੁਸੀਂ ਕਦੀ ਬੈਠੇ ਇਕੱਲੇ ਬਹਿ ਕੇ ਸੋਚਿਓ, ਜਿਹੜੀ 47 ਦੀ ਵੰਡ ਹੋਈ ਮਰੇ ਕੌਣ, ਤੇ ਮਰੇ ਕੌਣ, ਤੇ ਵੰਡ ਕਿਹਦੀ ਹੋਈ? ਕੀ ਉੱਤਰ ਪ੍ਰਦੇਸ਼ ਦੀ ਵੰਡ ਹੋਈ, ਕੀ ਮੱਧ ਪ੍ਰਦੇਸ਼ ਦੀ ਹੋਈ, ਕੀ ਮਹਾਰਾਸ਼ਟਰ ਦੀ ਹੋਈ? ਨਹੀਂ, ਪੰਜਾਬ ਦੀ ਹੋਈ, ਤੇ 47 ਤੋਂ ਬਾਅਦ ਫਿਰ ਪੰਜਾਬ ਅੱਖਾਂ ਚ ਰੜਕਦਾ ਸੀ, ਤੇ ਫਿਰ ਹਰਿਆਣਾ ਬਣਾ ਤਾ 66 ਚ, ਹਿਮਾਚਲ ਬਣਾ ਤਾ, ਤੇ ਹੁਣ ਅਜੇ ਵੀ ਕਹਿੰਦੇ ਵੀ ਨਹੀਂ ਬਈ ਪੰਜਾਬੀ ਬਾਗੀ ਆ, ਇਹਨਾਂ ਦਾ ਕੁਛ ਕਰੋ, ਬਾਕੀ ਤਾਂ ਕੋਈ ਨੀ ਦੇਖ ਲਾਂਗੇ। ਇਹਨਾਂ ਨੂੰ ਲੱਗਦਾ ਸੀ ਇਹਨਾਂ ਨੂੰ ਮਾੜਾ ਮੋਟਾ ਜਿਹਾ ਖੇਤੀਬਾੜੀ ਦਾ ਕੰਮ ਚੱਲੀ ਜਾਂਦਾ, ਇਹਨਾਂ ਨੂੰ ਕਿਹਾ ਵੀ ਇਦੋਂ ਵੀ ਖਤਮ ਕਰ ਦੋ। ਭਾਜੀ, ਹਰੀ ਕ੍ਰਾਂਤੀ ਜਿਹੜੀ ਲਿਆਂਦੀ ਉਹ ਵੀ ਖਤਮ ਕਰਨ ਲਈ ਲਿਆਂਦੀ ਸੀ ਵੀ ਜ਼ਹਿਰਾਂ ਪਾ ਦੋ ਇਹਨਾਂ ਦੀਆਂ ਫਸਲਾਂ ਚ, ਹੌਲੀ ਹੌਲੀ ਮਰ ਜੂਗੇ, ਢਿੱਡ ਆਪਣਾ ਭਰ ਲਿਆ ਤੇ ਮਾਰਤਾ ਸਾਨੂੰ, ਪਹਿਲਾਂ ਹਰੀ ਕ੍ਰਾਂਤੀ ਨਾਲ ਮਾਰਿਆ, ਹੁਣ ਨਸ਼ਿਆਂ ਨਾਲ ਮਾਰਿਆ, ਤੇ ਹੁਣ ਇਹ ਬਿੱਦਾਂ ਦੇ ਬਿੱਲਾਂ ਨਾਲ। ਇਹ ਤਾਂ ਭਾਜੀ ਸ਼ੁਰੂ ਤੋਂ ਚੱਲਦਾ ਆਇਆ ਤੇ ਚੱਲਦਾ ਰਹਿਣਾ ਆ। ਹਾਂਜੀ ਹਾਂਜੀ ਵੀਰ, ਤੇ ਚਲੋ ਵੀਰ ਧੰਨਵਾਦ, ਤੁਸੀਂ ਫੋਨ ਚੱਕਿਆ ਵੀਰੇ, ਮੇਰਾ ਨਾਂ ਜਸਪ੍ਰੀਤ ਆ, ਇੱਕ ਵਾਰੀ ਤੁਸੀਂ ਨਾਂ ਲੈ ਦੋ ਮਾੜਾ ਜਿਹਾ। ਹਾਂਜੀ ਹਾਂਜੀ, ਜਸਪ੍ਰੀਤ ਭਾਜੀ ਦਾ, ਥੈਂਕ ਯੂ ਥੈਂਕ ਯੂ ਥੈਂਕ ਯੂ। ਓਕੇ ਵੀਰ ਮੇਰਾ, ਤੇ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ ਜੀ, ਕਾਲਾਂ ਬਹੁਤ ਹੋਣਗੀਆਂ। ਥੈਂਕ ਯੂ। ਹਾਂਜੀ, ਇੰਗਲੈਂਡ ਤੋਂ ਜੀ, ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਭਾਜੀ ਕਿਸਾਨ ਵਿਰੋਧੀ ਬਿੱਲ ਬਾਰੇ? ਹੈਲੋ, ਇੱਕ ਕਮੈਂਟਾਂ ਚ ਉਮੇਸ਼ ਅਰੋੜਾ ਭਾਰਤੀ ਜੀ ਬੜੇ ਮੋਦੀ ਮੋਦੀ ਕਰਦੇ ਪਏ ਆ। ਚਲੋ ਕਰ ਲੈਂਦੋ ਬਾਈ, ਕੋਈ ਚੱਕਰ ਨੀ, ਜਿਹੜਾ ਕਰਦਾ ਕਰਨ ਦੋ, ਆਪਾਂ ਕਿਹੜਾ ਤੈਨੂੰ ਭਰਾਵਾ ਬਲੌਕ ਕਰਨਾ, ਤੈਨੂੰ ਵੀ ਹੱਕ ਆ ਡੈਮੋਕ੍ਰੇਸੀ ਚ ਆਪਣੀ ਗੱਲ ਕਹਿਣ ਦਾ, ਕਹਿ ਲਾ ਵੀਰ ਮੇਰਾ। ਹੈਲੋ, ਸਤਿ ਸ੍ਰੀ ਅਕਾਲ ਗੁਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਭਾਜੀ ਕਿਸਾਨ ਵਿਰੋਧੀ ਬਿੱਲ ਬਾਰੇ? ਲੌਂਗੋਵਾਲ ਤੋਂ ਵੀਰ ਜੀ, ਸੰਗਰੂਰ ਜ਼ਿਲ੍ਹੇ ਚੋਂ। ਬੱਲੇ, ਹਰਚੰਦ ਸਿੰਘ ਲੌਂਗੋਵਾਲ ਨੂੰ ਮਾਰਿਆ ਕਾਤੇ ਸੀ, ਉਹਨਾਂ ਦੇ ਪਿੰਡੋਂ ਆ ਭਾਜੀ? ਹਾਂ ਹਾਂ ਜੀ, ਉਹਨਾਂ ਦੇ ਪਿੰਡੋਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਭਾਜੀ? ਇੱਕ ਤਾਂ ਵੀਰੇ ਗੱਲ ਇਹ ਕਹਿਣੀ ਹੈ ਵੀ ਆਪਣੇ ਜਿਹੜੇ ਜਿਹੜੇ ਆਪਣੇ ਲੀਡਰ ਮਾੜੇ ਹੁੰਦੇ ਆ, ਉਹ ਆਪਾਂ ਬਦਲ ਸਕਦੇ ਆ 5 ਸਾਲਾਂ ਬਾਅਦ। ਹਾਂਜੀ, ਜੇ ਲੋਕਾਂ ਨੂੰ ਬਦਲਾਂ, ਲੋਕਾਂ ਨੂੰ ਕਿਵੇਂ ਬਦਲਾਂਗੇ? ਹਾਂਜੀ ਹਾਂਜੀ, ਇਹ ਤਾਂ ਹੈ।
ਗੁਰਦਾਸਪੁਰ ਦੀ ਲੋਕ ਸਭਾ ਸੀਟ ਤੋਂ ਕਾਹਤੇ ਫਿਲਮੀ ਸਿਤਾਰੇ ਖੜੇ ਕਰਦੇ, ਕਦੀ ਵਿਨੋਦ ਖੰਨਾ ਕਦੀ ਸੰਨੀ ਦਿਓਲ। ਭੀ ਯਾਰ ਭੀ ਚਲੋ ਠੀਕ ਆ, ਫੋਟੋਆਂ ਖਿਚਾਉਣ ਦਾ ਹਰ ਇੱਕ ਨੂੰ ਸ਼ੌਂਕ ਹੁੰਦਾ ਫਿਲਮੀ ਕਲਾਕਾਰਾਂ ਨਾਲ, ਤੁਸੀਂ ਫੋਟੋਆਂ ਖਿਚਾ ਲਈਆਂ, ਪਰ ਵੋਟ ਕਾਹਤੇ ਪਾਉਂਦੇ ਆ ਤੁਸੀਂ ਸੰਨੀ ਦਿਓਲ ਨੂੰ? ਮੁੜ ਕੇ ਉਹ ਬੜਿਆ ਵੀ ਨਹੀਂ। ਪੰਜਾਬੀ ਕਮਜ਼ੋਰੀ ਇੱਕ ਹੈ ਨੀ, ਦੂਜਾ ਇਮੋਸ਼ਨਲ ਹੋ ਜਾਂਦੇ ਆ। ਉਹਨੇ ਕਿਹਾ ਮੈਂ ਕਿਸਾਨ ਦਾ ਪੁੱਤ ਆ, ਮੈਂ ਆਇਆ, ਮੈਂ ਆਇਆ, ਇਹ ਜੀ ਚੱਕ ਲੋ ਰੱਖ ਲੋ, ਚੱਕ ਲੋ ਰੱਖ ਲੋ। ਬਿਲਕੁਲ ਸਾਜ਼ਿਸ਼ਾਂ ਹੁਣ ਜਿਵੇਂ ਪਹਿਲਾਂ ਵੀਰ ਜੀ ਕਹਿ ਰਹੇ ਸੀ ਸ਼ੁਰੂ ਤੋਂ ਚੱਲ ਰਹੀਆਂ ਨੇਗੀਆਂ। ਹਾਂਜੀ, ਅੱਛਾ ਹੁਣ ਪੰਜਾਬ ਦੇ ਲੋਕ ਇੰਨੇ ਭੋਲੇ ਆ, ਹੁਣ ਇਹਨਾਂ ਨੇ ਬਾਦਲਾਂ ਨੇ ਜਦੋਂ ਲੈਣੀ ਸੀਗੀ ਆਪਦੇ ਫਾਇਦੇ ਵਾਸਤੇ, ਹਾਂਜੀ, ਪੰਜਾਬ ਜਦੋਂ ਛਿਆਹਠ ਛੂਟ ਚ ਇਹਨਾਂ ਨੇ ਮੁੱਦਾ ਚੱਕਿਆ ਸੀ ਪੰਜਾਬੀ ਸੂਬਾ, ਪੰਜਾਬੀ ਸੂਬਾ। ਅੱਛਾ ਮੈਨੂੰ ਦੱਸੋ, ਹਾਂਜੀ, ਜਦੋਂ ਪੰਜਾਬੀ ਸੂਬਾ ਇਹਨਾਂ ਨੇ ਕੋਈ ਪੱਕਾ ਹੈ ਨੀ ਸੀਗਾ ਮੰਗ ਬਣਿਆ ਸੀ, ਉਦੋਂ ਇਹਦੇ ਇਲਾਕੇ ਦੇ ਲੋਕ ਕੀ ਬੋਲਦੇ ਸੀ? ਉਦੋਂ ਵੀ ਤਾਂ ਪੰਜਾਬੀ ਬੋਲਦੇ ਸੀ ਨਾ। ਹਾਂਜੀ ਹਾਂਜੀ, ਉਦੋਂ ਬਸ ਇਹਨਾਂ ਨੂੰ ਐਂ ਹੋ ਗਏ ਵੀ ਅਸੀਂ ਆਪਸ ਵਿੱਚ ਸਿੰਘ ਫਸਾਉਂਦੇ ਫਿਰਾਂਗੇ, ਭਾਈ ਤੂੰ ਹਰਿਆਣਾ ਸਾਂਭਲਾ, ਤੂੰ ਹਿਮਾਚਲ ਸਾਂਭਲਾ, ਅਸੀਂ ਪੰਜਾਬ ਸਾਂਭ ਲੈਂਦੇ ਹਾਂਗੇ। ਹਾਂਜੀ, ਆਪੋ ਆਪਦਾ ਕਰਕੇ ਕਾਰੋਬਾਰ ਸੈੱਟ, ਆਪਣੇ ਕਰਕੇ ਟੁਕੜੇ, ਤੇ ਹੁਣ ਵੱਜੀ ਚੱਲੋ ਇੱਕ ਦੂਜੇ ਬਸ। ਹਾਂਜੀ ਹਾਂਜੀ, ਹੁਣ ਆਪਣੀ ਆ ਕਸੂਰ ਆਪਣੀ ਆ, ਆਪਣਾ ਕਿਸੇ ਦਾ ਮੂੰਹ ਕਿੱਧਰ ਨੂੰ ਆ, ਕਿਸੇ ਦਾ ਉੱਤਰ ਨੂੰ ਆ, ਕਿਸੇ ਦਾ ਦੱਖਣ ਨੂੰ ਆ। ਹਾਂਜੀ ਹਾਂਜੀ, ਜਿੰਨਾ ਚਿਰ ਇੱਕ ਨਹੀਂ ਹੁੰਦੇ ਆਪਾਂ ਕਰ ਵੀ ਕੀ ਲਵਾਂਗੇ। ਹਾਂਜੀ ਹਾਂਜੀ, ਪੰਜਾਬ ਸਾਡਾ ਦਾਦਾ ਆ ਜਾਂ ਪਿਓ ਆ, ਹਨਾ, ਵੀ ਉਹਨੂੰ ਆਪਣੇ ਪਿਤਾ ਜੀ ਦੀ ਜਗ੍ਹਾ ਤੇ ਰੱਖ ਕੇ ਦੇਖਿਓ ਵੀ ਉਹਦੇ ਨਾਲ ਇੰਨਾ ਮਾੜਾ ਹੋ ਰਿਹਾ ਕਿ ਅਸੀਂ ਆਪਣੇ ਜੋ ਹਨਾ ਵੀ ਆਪਣੇ ਦਾਦਾ ਜੀ ਜਾਂ ਪਿਤਾ ਜੀ ਨਾਲ ਹਨਾ ਫਾਦਰ ਨਾਲ ਕੁਛ ਇੱਦਾਂ ਦਾ ਹੁੰਦਾ, ਅਸੀਂ ਜਰ ਸਕਦੇ ਆ? ਇੱਕ ਵਾਰ ਜਦੋਂ ਤੁਸੀਂ ਸੋਚਿਆ ਫਿਰ ਤੁਹਾਨੂੰ ਆਉਣਾ ਨਹੀਂ ਯਾਰ, ਭਾਈ ਮਤਲਬ ਹਨਾ ਕੁਛ ਕਰੀਏ, ਜਿੰਨੀ ਵੀ ਆਵਾਜ਼ ਉਠਾ ਸਕਦੇ ਕਿਤੇ ਵੀ ਕਰੀਏ ਕੁਛ, ਹਨਾ ਵੀਰੇ, ਜਿੰਨਾ ਕੁ ਜ਼ੋਰ ਲੱਗਦਾ ਆਪਾਂ ਦੇਖੋ ਕਰ ਸਕਦੇ ਹਾਂ, ਜਿੰਨਾ ਕੁ ਹੁੰਦਾ। ਹਾਂਜੀ, ਜਿੰਨਾ ਕੁ ਆਪਾਂ ਬਣ ਹੁੰਦਾ ਉਹਨਾਂ ਕੋਲ ਕਰਦੇ ਆ। ਮੈਂ ਵੀ ਬਿਰਾ ਸਕਾਈਪ ਤੋਂ ਕਾਲ ਲਾਇਆ ਸੀ, ਮੈਂ ਤੁਹਾਨੂੰ ਫੇਸਬੁੱਕ ਤੇ ਵੀ ਮੈਸੇਜ ਕੀਤਾ ਇੱਕ ਦੋ ਵਾਰੀ। ਹਾਂਜੀ ਹਾਂਜੀ, ਮੈਨੂੰ ਬਸ ਸੋਚਦਾ ਹੁੰਦਾ ਵੀ ਚੱਲ ਜਿਹੜੇ ਆਪਣੇ ਜਿਹੜੀ ਕੋਸਮਿਕ ਚੀਜ਼ਾਂ ਹੁੰਦੀਆਂ ਨੇ ਥੋੜਾ ਜਿਹਾ ਉਹ ਜ਼ਿਆਦਾ ਐਕਸਪਲੇਨ ਕਰਦਾ ਕਰੋ, ਜਿਵੇਂ ਆਪਣੇ ਨਿਊਟਰਨ ਸਟਾਰ ਹੋ ਗਿਆ, ਵਾਈਟ ਡਵਾਰਫ ਸਟਾਰ ਹੋ ਗਿਆ, ਬਲੈਕ ਡਵਾਰਫ ਸਟਾਰ ਹੋ ਗਿਆ, ਆਪਣੇ ਪੰਜਾਬੀ ਨੂੰ ਕੀ ਪਤਾ ਇਹਨਾਂ ਦਾ? ਹਾਂਜੀ ਹਾਂਜੀ, ਕੋਈ ਮਾੜਾ ਮੋਟਾ ਚੱਲ ਪਤਾ ਲੱਗੇ ਇਹਨਾਂ ਨੂੰ ਥੋੜੀ ਜਿਹਾ ਵੀ ਔਕਾਤ ਦਾ ਪਤਾ ਲੱਗ ਜੂ, ਜਿਹੜੇ ਫੋਕਰ ਬਣੇ ਚ ਤੁਰੇ ਫਿਰਦੇ ਰਹਿੰਦੇ ਹੈਗੇ ਵੀ ਹਾਂ ਅਸੀਂ ਪਤਾ ਨੀ ਕੀ ਚੀਜ਼ ਆ ਗਏ ਸੰਕਰਾਂ ਵਿੱਚ, ਇੱਕ ਦੂਜੇ ਗਾਲਾਂ ਕੱਢਣੀਆਂ, ਇਹ ਕਰ ਲਿਆ ਉਹ ਕਰ ਲਿਆ, ਮਾੜੀ ਮੋਟੀ ਜਦੋਂ ਇਹਨਾਂ ਨੂੰ ਸਪੇਸ ਦਾ ਪਤਾ ਲੱਗੂਗਾ ਵੀ ਹਾਂ ਸਪੇਸ ਦੇ ਵਿੱਚ ਕੀ ਕੁਛ ਪਿਆ ਹੈਗਾ, ਕਿੱਥੇ ਕਿੱਥੇ ਪਿਆ ਹੈਗਾ, ਕਿੰਨੇ ਕਿੰਨੇ ਨਿਊਟਰਨ ਸਟਾਰ ਕੀ ਹੁੰਦਾ, ਵਾਈਟ ਡਵਾਰਫ ਕੀ ਹੁੰਦਾ, ਇਹਨਾਂ ਨੂੰ ਮਾੜੀ ਮੋਟੀ ਪਤਾ ਲੱਗਣ ਲੱਗ ਜੂ ਵੀ ਹਾਂ ਵੀ ਆਪਣੀ ਤਾਂ ਔਕਾਤ ਹੀ ਕੁਛ ਨੀ ਯਾਰ। ਭਾਜੀ ਜੇ ਮੈਂ ਕਵਾਂ ਵੀ ਸਪੇਸ ਚ ਇੱਕ ਜਗ੍ਹਾ ਪਤਾ ਨੀ ਕਿੰਨੇ ਟ੍ਰਿਲੀਅਨ ਲੀਟਰ ਬੀਅਰ ਜਾਂ ਦਾਰੂ ਆ, ਭਾਈ ਇਦਾਂ ਕਹਿ ਸਕਦੇ ਆ, ਲੋਕਾਂ ਨੇ ਕਹਿਣਾ ਵੀ ਕਿਹੜੀਆਂ ਕਮਲੀਆਂ ਮਾਰਦਾ, ਹਨਾ, ਸੋ ਮਤਲਬ ਹਨਾ ਭਾਈ ਕਿਤੇ ਹੀਰਿਆਂ ਦੀ ਵਰਖਾ ਹੁੰਦੀ, ਕਿਤੇ ਕੁਛ ਹੁੰਦਾ, ਹਨਾ, ਤੇ ਕੋਸ਼ਿਸ਼ ਕਰਦੇ ਆ ਤੇ ਤੁਸੀਂ ਵੀ ਸਾਥ ਦਿਓ ਇੱਦਾਂ, ਹਨਾ। ਤੇ ਭਾਜੀ ਬਹੁਤ ਵਧੀਆ ਲੱਗਾ ਗੱਲ ਕਰਕੇ, ਤੇ ਪਲੈਨਟ ਪਏ ਨੇ, ਪੂਰੇ ਪਲੈਨਟ ਪਏ ਨੇ ਹੀਰਿਆਂ ਦੇ, ਡਾਇਮੰਡ ਦਾ ਪਲੈਨਟ ਬਣਿਆ ਹੋਇਆ। ਹਾਂਜੀ ਹਾਂਜੀ, ਫੇਸਬੁੱਕ ਤੋਂ ਵੀ ਸੁਣਦੇ ਦੇਖਦੇ ਪਏ, ਹਿੰਦੀ ਰੇਡੀਓ ਸ਼ੇਅਰ ਕਰੋ ਵੱਧੋ ਵੱਧ, ਤੁਹਾਡੀ ਆਵਾਜ਼ ਹੀ ਗਾਂ ਤੱਕ ਪਹੁੰਚਣੀ ਆ ਭਰਾਵੋ, ਤੇ ਹਨਾ। ਤੇ ਹਾਂਜੀ, ਅਗਲਾ ਨੰਬਰ ਇਟਲੀ ਤੋਂ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਹਰਵਿੰਦਰ ਸਿੰਘ ਬੋਲਦਾ ਜੀ। ਹਾਂਜੀ, ਕਿੱਥੋਂ ਭਾਜੀ? ਇਟਲੀ ਤੋਂ, ਵਿਜੈਂਸੇ ਤੋਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਭਾਜੀ ਕਿਸਾਨ ਵਿਰੋਧੀ ਬਿੱਲ ਵਾਲੇ? ਮੇਰੇ ਹੋਈ ਦਾ ਆਪਣੇ ਨਾਲ ਮਾੜੀ ਆ ਬਹੁਤ, ਬੈਠੇ ਵਿਦੇਸ਼ਾਂ ਜਾਂ, ਚਲੋ ਕੋਈ ਗੱਲ ਨੀ। ਹਾਂਜੀ, ਤੇ ਆਪਣਾ ਯਾਰ ਆਪਾਂ ਸਾਰੇ ਇੱਕ ਦੂਜੇ ਨੂੰ ਕਹੀ ਜਾਂਦੇ ਵੀ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠਾ ਕੋਈ ਨੀ ਹੁੰਦਾ, ਬਹੁਤ ਜ਼ੋਰ ਲਾ ਲਿਆ, 15 ਸਾਲ ਹੋ ਗਏ ਦੇਖਦਿਆਂ ਨੂੰ। ਹਾਂਜੀ ਹਾਂਜੀ, ਜਦੀ ਸੁਰਤ ਸੰਭਾਲੀ ਆ। ਹਾਂਜੀ ਹਾਂਜੀ, ਸਾਰੇ ਇੱਕ ਦੂਜੇ ਨੂੰ ਕਹੀ ਜਾਂਦੇ, ਆਪਣੇ ਵਿਦੇਸ਼ਾਂ ਚ ਵੀ ਦੇਖ ਲਓ ਆਪਣਾ ਕੀ ਹਾਲ ਆ। ਹਾਂਜੀ, ਤੁਸੀਂ ਵੀ ਕੈਨੇਡਾ ਰਹਿੰਦੇ ਹੋ, ਦੇਖਦੇ ਹੋ ਬਾਹਰ ਵਿਦੇਸ਼ਾਂ ਚ ਸਿੱਖ ਗੋਲਗਾ ਪਿੱਛੇ ਲੜੀ ਜਾਂਦੇ ਨੇ। ਹਾਂਜੀ ਹਾਂਜੀ, ਤੇ ਹੁਣ ਹੁਣ ਤਾਂ ਇਹੀ ਆ ਵੀ ਕੁਰਬਾਨੀ ਦੇਣੀਆਂ ਬਣਦੀਆਂ ਨੇ, ਹੁਣ ਮੈਨੂੰ ਤਾਂ ਲੱਗਦਾ ਨੀ ਕੋਈ ਹੱਲ ਆ ਵੀ ਜਿੰਨਾ ਚਿਰ ਆਪਾਂ ਇਹਨਾਂ ਦੀ ਠੋਕਦੇ ਨੀ ਭਾਸ਼ਾ ਤੇ ਆਣੇ, ਉਨਾ ਚਿਰ ਨੀ ਆਪਣੀ ਗੱਲ ਬਣਨੀ। ਜਜ਼ਬਾਤਾਂ ਦੇ ਕਾਬੂ ਰੱਖ ਤਾਰੀ। ਨਹੀਂ ਨਹੀਂ ਤਾਰੀ, ਵੀਰੇ ਗੱਲ ਇਹ ਆ ਯਾਰ, ਨਹੀਂ ਨਹੀਂ ਬਣਦੀ ਨੀ ਗੱਲ, ਇੱਦਾਂ ਨਹੀਂ ਹੁੰਦਾ, ਇੱਦਾਂ ਵੀ ਨਹੀਂ ਹੁੰਦਾ। ਜਿਹੜੀ ਕਲਮ ਦੀ ਤਾਕਤ ਆ, ਤਲਵਾਰ ਦੀ ਤਾਕਤ ਤੋਂ ਜ਼ਿਆਦਾ ਹੁੰਦੀ ਆ ਵੀਰ ਮੇਰਿਆ, ਕਲਮ ਦੀ ਤਾਕਤ ਕਈ ਕੁਛ ਕਰ ਸਕਦੀ ਆ। ਭਈ ਉਹੀ ਕਹਿੰਦੇ ਪੜ੍ਹੋ ਪੜ੍ਹੋ, ਆਪਣੇ ਨਿਆਣੇ ਪੜ੍ਹਾਓ, ਹਨਾ, ਮਤਲਬ ਭਈ
दिमाग नाल ही दुनिया चलांदे पए आ। अमरीका नूं भी जूदी लोग चलांदे पए आ, गां सारी दुनिया नूं जहूदी चलांदे, उह तलवार नहीं वरतदे भरा मेरा, उह दिमाग वरतदे। दिमाग नाल ही दिमाग नाल ही उन्नी, दिमाग नाल हथियार इदां दे बनाए वा। टेक्नोलॉजी उन्हां दी सब तो बेस्ट है इस वेले दुनिया च। भारत इजराइल दा एक अपना एक किथे आपां तां रो रो पिट पिट अंब गए थे, अपना किथे एक होया 15 साल तां मैनूं दे दिन हो गए, जल्दी सुरत संभाली आ, एक तां हुंदा ही नहीं। हांजी हांजी, सब तो वड्डी गल बिल्ली दी गल, अपने बिल्ली दी गल टल्ली कौन बनू, कोई रल दा है नहीं। हांजी हांजी हांजी, वही आ भी हुण चल जो होना ही हो गया, हुण गांह दिखी जाऊ। हांजी हांजी, ओके भरा मेरा। हांजी हांजी, बहुत वधिया लगा विचार सुन के वीर मेरा, थैंक यू जी, थैंक यू, सत श्री अकाल। ते अगले कॉलर, सत श्री अकाल जी। हेलो, आस्ट्रेलिया तो लगदा वीरा। हेलो 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 भाई, बोल पो, अगले कॉल चक लेने। हेलो, सत श्री अकाल जी। किसान विरोधी बिल बारे। किसान विरोधी बिल दा भाजी वी आपां नूं अपनी पहला तो चापलूसी लेके बह गई लीडर। ਇਹ ਤਾਂ ਹੈ ਯਾਰ, ਸ਼ੁਰੂ ਤੋਂ ਹੀ ਪੰਜਾਬ ਦੀ ਬਦਕਿਸਮਤੀ ਲਾ ਲਓ ਭਈ, ਲੀਡਰ ਹੀ ਨੀ ਮਿਲਿਆ ਕੋਈ ਚੰਗਾ ਜਿਹੜਾ ਸਟੈਂਡ ਲੈ ਸਕੇ। ਜਨਾਹ ਜਨਾਹ ਸਟੈਂਡ ਲੈ ਗਿਆ, ਬਣਾ ਗਿਆ ਨਾ ਦੇਸ਼ ਆਪਣਾ। ਕਿਉਂਕਿ ਪਤਾ ਕੀ ਜਿਹੜਾ ਸਟੈਂਡ ਦਾ ਗੱਲ ਨਾ ਭਾਈ, ਆਪਾਂ ਆਪਣੇ ਪਿੰਡ ਪੱਧਰ ਤੋਂ ਹੀ ਸੋਚ ਲਓ। ਕਿਉਂਕਿ ਆਪਣੇ ਆਪਣੇ ਪਿੰਡ ਤੋਂ ਹੀ ਦੇਖ ਲਓ ਤੁਸੀਂ ਇਹ ਗੱਲਾਂ। ਹਾਂਜੀ ਹਾਂਜੀ, ਆਪਣੇ ਪਿੰਡ ਚ ਹੀ ਲੋਕਾਂ ਦਾ ਏਕਤਾ ਨੀ ਆਉਂਦੀ। ਭਰਾਵਾ ਲੋਕਾਂ ਦੀ ਏਕਤਾ ਦੀ ਗੱਲ ਸੁਣ ਲਾ, ਮੇਰੇ ਪਿੰਡ ਆ ਨਾ ਰੱਖੜੀ ਵਾਲੇ ਦਿਨ ਕੋਈ ਭਰਾ ਗਿਆ ਇੱਧਰ ਅੰਬਰਸਰ ਵੱਲੋਂ। ਅੱਛਾ, ਤੇ ਮੈਂ ਮਤਲਬ ਭਾਈ ਮੈਨੂੰ ਇਸ ਕਹਿਣ ਚ ਕੋਈ ਸ਼ਰਮ ਨੀ ਹੈ ਨਾ, ਕੋਈ ਕਿਸੇ ਨੂੰ ਤਾਂ ਨਹੀਂ ਪਤਾ ਗੱਲ ਦਾ। ਮੈਂ ਭਾਈ ਤੁਹਾਨੂੰ ਉਦਾਹਰਣ ਦਿੰਨਾ ਭਾਈ, ਮੈਂ ਕਰਦਾ ਰਹਿੰਦਾ ਨਰੂੜ 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 ਹਰੇਕ ਵੀਡੀਓ ਚ ਆਪਣੀ ਚ, ਹੈ ਨਾ ਭਾਈ। ਮਤਲਬ ਮੈਂ ਚਾਹੁੰਦਾ ਭਾਈ ਮੇਰੇ ਪਿੰਡ ਦਾ ਨਾਂ ਵੀ ਹੈ ਨਾ ਪਤਾ ਲੱਗੇ ਸਾਰੀ ਦੀਨ ਦੁਨੀਆਦਾਰੀ ਚ। ਤੇ ਬੰਦਾ ਉਹ ਭਰਾ ਦਾ ਵੀਜ਼ਾ ਲੱਗਾ ਸੀ ਕਿਤੇ ਕੁਦਰਤੀ ਟੂਰਿਸਟ, ਮੇਰੀਆਂ ਵੀਡੀਓ ਦੇਖ ਕੇ। ਤੇ ਉਹ ਰੱਖੜੀ ਵਾਲੇ ਦਿਨ ਬਾਈ ਹੈ ਨਾ ਭਾਈ ਆਪਣੇ ਇਲਾਕੇ ਦੀ ਮਸ਼ਹੂਰ ਦੁਕਾਨ ਤੋਂ ਮਠਿਆਈ ਦਾ ਡੱਬਾ ਤੇ ਥੋੜੇ ਜਿਹੇ ਪੈਸੇ ਹੈ ਨਾ ਭਾਈ, ਉੱਥੇ ਮੇਰੀ ਭਤੀਜੀ ਕੋ ਘਰੇ ਮਿਲਣ ਗਿਆ ਘਰੇ ਇੱਧਰ ਅੰਮ੍ਰਿਤਸਰ ਸਾਹਿਬ ਵੱਲੋਂ। ਤੇ ਹੈ ਨਾ ਜਦੋਂ ਪਿੰਡ ਪਹੁੰਚਿਆ ਬੰਦਾ ਪੁੱਛੇ ਹੀ ਲੈਂਦਾ ਭਾਈ ਉਹਨਾਂ ਦੇ ਘਰ ਜਾਣਾ ਹੈ ਨਾ, ਜਿਹੜਾ ਕੋਈ ਬਾਹਰੋਂ ਆਉਂਦਾ ਉਹ ਕੋਈ ਮੇਰੇ ਪਿੰਡ ਦਾ ਉਹਨੂੰ ਮਿਲਿਆ ਹੋਊਗਾ। ਉਹ ਬੰਦਾ ਜਦੋਂ ਪਿੰਡ ਬੜਿਆ ਉਹਨੂੰ ਕਹਿੰਦਾ, ਉਹ ਬਾਈ ਨੇ ਮੈਨੂੰ ਗੱਲ ਦੱਸੀ ਬਾਅਦ ਚ ਵੀ ਬਾਈ ਤੇਰੇ ਪਿੰਡ ਦੇ ਬੰਦੇ ਨੇ ਇੱਦਾਂ ਕਿਹਾ। ਤੇ ਨਾ ਜਦੋਂ ਬੜਿਆ ਪਿੰਡ ਤੇ ਉਹ ਬੰਦਾ ਕਹਿੰਦਾ ਭਾਜੀ ਉਹ ਇੰਦਰਜੀਤ ਉਹਨਾਂ ਦੇ ਜਾਣਾ ਹਨਾ, ਵੀ ਇੰਦਰੀ ਬਿੰਦਰੀ ਮੇਰੇ ਭਰਾ ਦਾ ਨਾਂ ਬਿੰਦਰੀ ਆ, ਮੇਰਾ ਇੰਦਰੀ ਇੰਦੀ ਹਨਾ ਜੋ ਵੀ, ਵੀ ਉਹਨਾਂ ਦੇ ਘਰੇ ਜਾਣਾ। ਉਹ ਕਹਿੰਦਾ ਅੱਛਾ ਅੱਛਾ, ਉਹੀ ਉਹ ਜਿਹੜਾ ਲੰਡਰ ਜਿਹਾ ਇੱਦਾਂ ਉੱਦਾਂ ਉਹਨਾਂ ਦੇ ਘਰੇ ਜਾਣਾ। ਭਾਈ ਦੇਖ ਲਓ, ਉਹ ਬੰਦਾ ਕਹਿੰਦਾ ਭਾਜੀ ਮੈਂ ਉਹਦੇ ਮੂੰਹ ਤੇ ਹੀ ਕਹਿਤਾ ਵੀ ਭਰਾਵਾ ਜਿੱਦਾਂ ਦੀ ਤੇਰੀ ਸੋਚ ਹੈ ਤੈਨੂੰ ਆਪਣੇ ਸੋਚ ਦੇ ਹਿਸਾਬ ਨਾਲ ਲੰਡਰ ਲੱਗਦਾ, ਸਾਨੂੰ ਉਹਦੀ ਸੋਚ ਵਧੀਆ ਲੱਗਦੀ ਤਾਂ ਹੀ ਏਡੀ ਦੂਰੋਂ ਉਹਦੇ ਘਰੇ ਸਪੈਸ਼ਲ ਆਏ ਆ ਹਨਾ। ਲੰਡਰ ਕਹੀ ਜਾਂਦੇ ਆ ਲੋਕਾਂ ਨੇ ਤਾਂ ਕਹਿਣਾ ਹੀ ਆ ਭਰਾਵੋ ਹੈ। ਇਹ ਗੱਲ ਐ ਹੁੰਦੀ ਹੈ ਭਾਈ, ਪਤਾ ਕੀ ਗੱਲ ਆ, ਜਿਵੇਂ ਮਤਲਬ ਵੀ ਆਪਾਂ ਹੁਣ ਮੇਰਾ ਵੀ ਬਠਿੰਡਾ ਏਰੀਆ ਹੈਗਾ ਬਾਲਕੇ ਵਾਲਾ ਜੀ। ਹਾਂਜੀ ਹਾਂਜੀ, ਤੇ ਬਸ ਉਹੀ ਗੱਲ ਚੱਲੀ ਜਾਂਦੀ ਵੀ ਸਾਡੇ ਏਰੀਏ ਨੂੰ ਤਾਂ ਐਨਕੀ ਕਰ ਦਿੱਤਾ ਵੀ, ਪਰ ਉਹ ਵੀ ਕਿਸਾਨ ਧਰਮ ਦੋਨਾਂ ਬਦਲ ਗਿਆ ਨੇ ਆਪਣਾ ਡੋਬਤਾ। ਹਾਂਜੀ ਹਾਂਜੀ, ਵੀ ਜੇ ਆਪਾਂ ਕਹੀਏ ਤਾਂ ਆਪਣੀ ਕਿਸਾਨਾਂ ਦੀ ਕੀ ਜੱਟਾਂ ਦੀ ਸਭ ਤੋਂ ਵੱਡੀ ਦੁਸ਼ਮਣ ਆਪਣੀ ਅਕਾਲੀ ਦਲ ਹੀ ਆ। ਹਾਂਜੀ ਹਾਂਜੀ, ਬਸ ਵੀ ਕਿਸਾਨ ਤਾਂ ਜਿਵੇਂ ਕਹਿ ਦੇ ਗਏ ਵੀ ਚਲੋ ਵੀ ਖਾਤਮੀ ਆਗਾ ਆਪਣੇ। ਹਾਂਜੀ ਹਾਂਜੀ, ਕੋਈ ਬਾਹਲੀ ਵੱਡੀ ਗੱਲ ਨੀ ਹੈਗੀ ਜਿਵੇਂ ਆਪਾਂ ਪੁੱਛ ਗਏ ਤਾਂ।
ਭਾਈ ਸੁੱਤਾ ਕਾਹਦਾ ਨੀ, ਦੋ ਵੱਜ ਗਏ ਤੇਰੇ ਕੋਲ। ਮੈਂ ਬਾਈ IPL ਦੇਖੀ ਜਾਂਦਾ। ਉਹ ਸੌ ਜਾ ਭਰਾਵਾ, ਕੁਛ ਨੀ ਦੇਣਾ IPL ਨੇ, ਜਿੱਤ ਜਾਣਾ ਪੰਜਾਬ ਨੇ, ਬਾਕੀ ਪਤਾ ਕੋਈ ਨੀ। ਹਾਂਜੀ, ਕਿੱਥੋਂ ਬੋਲਦੇ ਤੇ ਕੀ ਕਹਿਣਾ ਚਾਹੁੰਦੇ ਭਾਜੀ? ਮੈਂ ਭਾਜੀ ਜਲੰਧਰ ਤੋਂ ਗੱਲ ਕਰਦਾ, ਫਰਾਂਸਿਸ ਹੈ ਮੇਰਾ ਨਾਮ। ਰੇਡੀਓ ਤੇ ਲਿਆਉਣਾ, ਸੋ ਬੀਜੇ ਬਾਰੇ ਜੋ ਕੁਛ ਵੀ ਪੁੱਛਣਾ ਹੋਇਆ ਦਿਲ ਖੋਲ ਕੇ ਪੁੱਛਿਓ, ਤੇ ਉਹਨਾਂ ਦਾ ਆਪਣਾ ਇੱਥੇ ਮਤਲਬ ਕੰਮ ਆ ਲਾਇ ਰਿਹਾ, ਵੀ ਉਹਨਾਂ ਕੋਲ LMO ਵੀ ਅਪਰੂਵ ਹੋਈਆਂ ਪਈਆਂ ਆ, ਜੋ ਕੁਛ ਪੁੱਛਣਾ ਤੁਸੀਂ ਪੁੱਛ ਸਕਦੇ ਆ। ਹਾਂਜੀ, ਅਗਲੇ ਕਾਲਰ, ਸਤਿ ਸ੍ਰੀ ਅਕਾਲ ਜੀ। ਹੈਲੋ, ਤੇ ਵੀਰ ਮੇਰੇ, ਜਦੋਂ ਕਾਲ ਮਿਲ ਜਾਂਦੀ ਮੇਰੇ ਨਾਲ ਗੱਲ ਕਰ ਲਿਆ ਕਰੋ, ਰੇਡੀਓ ਬਾਅਦ ਚ ਸੁਣ ਲਿਓ, ਫੇਸਬੁੱਕ ਤੇ ਚੱਲਦਾ ਪਿਆ, ਨਾਲੋ ਨਾਲ ਉਹ ਸੇਵ ਹੋ ਜਾਣੀ ਵੀਡੀਓ। ਬਹਿ ਗਏ ਭਾਜੀ, ਇਹ ਤਾਂ ਬਹਿ ਗਏ ਭਾਜੀ, ਉਹ ਤਾਂ ਬਹਿ ਗਏ ਜੋ ਆਇਆ ਹੀ ਨੀ ਭਾਜੀ, ਅਨਾਜ ਨੀ ਆਇਆ ਮੰਡੀਆਂ ਚ, ਜੋ ਮੰਡੀਆਂ ਚੋ ਵਪਾਰੀ ਲੈ ਗਏ ਉੱਥੋਂ ਦੀ, ਜਿੱਦਾਂ ਮੋਗੇ ਇਹਨਾਂ ਨੇ 40 ਲੱਖ ਬੋਰੀ ਡੰਪ ਕਰਤੀ ਭਾਜੀ, ਕਿੰਨੇ ਕਿਸਾਨਾਂ ਦਾ ਕੰਮ ਰਹਿ ਗਿਆ ਜੀ। ਅੱਛਾ ਭਾਈ, ਤੁਹਾਨੂੰ ਤੁਸੀਂ ਸੁਣਿਆ ਨੀ ਹੋਣਾ, ਮੋਗੇ ਅੰਬਾਨੀ ਅਡਾਨੀ ਦਾ ਫਾਰਮ ਲੱਗ ਗਿਆ ਜੇ, 40 ਲੱਖ ਬੋਰੀ ਡੰਪ ਵੀ ਕਰਤੀ, ਤੁਸੀਂ ਦੱਸਿਆ ਨੀ ਸ਼ਾਇਦ ਇਹਨਾਂ ਨੂੰ। ਹਾਂਜੀ ਹਾਂਜੀ, ਨਹੀਂ ਮੈਂ ਗੱਲ ਤੋਰੀ ਸੀ, ਪਹਿਲਾਂ ਤੁਸੀਂ ਦੱਸ ਦੋ ਉਹਦੇ ਪ੍ਰੋਪਰ, ਉਹਦੇ ਬਾਰੇ ਜੇ ਤੁਹਾਨੂੰ ਨੌਲੇਜ ਆ ਤੁਸੀਂ ਦੱਸ ਦੋ, ਸੁਣਦੇ ਪਏ ਤੁਹਾਨੂੰ ਹਜ਼ਾਰਾਂ ਦੇ ਹਿਸਾਬ ਨਾਲ ਸਰੋਤੇ, ਤੇ ਗਾਂ ਦੀ ਗਾਂ ਸ਼ੇਅਰ ਕਰੋ ਜੀ ਇਹ ਗੱਲਾਂ। ਹੁਣ ਮੈਂ ਰੇਡੀਓ ਦਾ ਫਾਇਦਾ ਇਹੀ ਆ, ਵੀਡੀਓ ਚ ਮੈਂ ਇਕੱਲਾ ਬੋਲਦਾ, ਰੇਡੀਓ ਚ ਵੱਖਰੇ ਵੱਖਰੇ ਭਰਾ ਆਉਂਦੇ ਆ, ਉਹਨਾਂ ਦੀ ਸੋਚ, ਸਭ ਦੀ ਸਿਆਣਪ ਵਾਲੀਆਂ ਗੱਲਾਂ ਭਈ ਤਰਕ ਦਿਮਾਗ ਨਾਲ ਹੁੰਦੀਆਂ, ਤੇ ਸ਼ੇਅਰ ਕਰੋ। ਹਾਂਜੀ ਹਾਂਜੀ ਵੀਰ ਜੀ, ਬਹੁਤ ਜੇ ਬਹੁਤ ਮੈਂ ਤੁਹਾਨੂੰ ਦੱਸ ਰਿਹਾ ਕਿ ਹਜੇ ਦੱਸ ਨੀ ਰਿਹਾ, ਮੇਰੇ ਬਾਪੂ ਜਿਹੜੇ ਆ ਮਤਲਬ FCI ਚ, ਉਹਨਾਂ ਨੂੰ ਹੋ ਗਏ ਜੇ ਮਤਲਬ ਬਜ਼ੁਰਗ ਹੋ ਚੱਲੇ ਜੇ, ਔਰ ਨੌਕਰੀ ਕਰਦੇ ਕਰਦੇ। ਹਾਂਜੀ ਹਾਂਜੀ, ਫੂਡ ਕਾਰਪੋਰੇਸ਼ਨ ਆਫ ਇੰਡੀਆ ਚ ਤੁਹਾਡੇ ਡੈਡੀ ਜੀ ਨੂੰ ਬਹੁਤ ਸਾਲ ਹੋ ਗਏ ਜੌਬ ਕਰਦਿਆਂ ਨੂੰ, ਤੇ ਤੁਸੀਂ ਹੁਣ ਜਿਹੜੀ ਸਾਲ ਹੋ ਗਏ ਭਾਜੀ। ਹਾਂਜੀ 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 ਭਾਈ, ਬਹੁਤ ਸਾਲ ਹੋ ਗਏ, ਮਤਲਬ ਕਿ ਅੱਜ ਦੀ ਰੇਟ ਚ ਵੀ ਉਹਨਾਂ ਦੀ ਉਮਰ 65 ਦੇ ਕਰੀਬ ਆ, ਤੇ ਦਿਨ ਚ ਉਹ 2-2.5 ਹਜ਼ਾਰ ਬੋਰੀ 3 ਹਜ਼ਾਰ ਬੋਰੀ ਚੁੱਕਦੇ ਜੇ ਅੱਜ ਦੀ ਰੇਟ ਚ ਵੀ। ਅੱਛਾ ਜੀ, ਠੀਕ ਆ ਭਾਜੀ। ਤੇ ਭਾਜੀ ਮੈਂ ਉਹਨਾਂ ਨਾਲ ਅੱਜ ਗੱਲ ਕਰੀ, ਮਤਲਬ ਕਿ ਮੈਂ ਉਹ ਬਾਪੂ ਦੇ ਪੈਰ ਨੂੰ ਲੱਗੀ ਸੀਗੀ, ਤੇ ਮੈਂ ਦੂਰ ਆ ਥੋੜਾ ਜਿਹਾ, ਮੇਰੇ ਵੀ ਥੋੜੇ ਮੁਕੱਦਰਾਂ ਚੱਲਦੇ, ਤੇ ਮੈਂ ਥੋੜਾ ਸ੍ਰੀਨਗਰ ਵਾਲ ਬੈਠਾ ਕੰਮ ਕਰਨ ਨੂੰ, ਤੇ ਮੈਂ ਉਹਨਾਂ ਨਾਲ ਗੱਲ ਕਰੀ, ਤੇ ਮੈਨੂੰ ਨਾ ਮਤਲਬ ਝਾਕਾ ਜਿਹਾ ਪਿਆ, ਹਫ਼ਤਾ ਹੋ ਗਿਆ ਮੇਰਾ ਦਿਲ ਨਾ ਕਰੇ ਉਹਨਾਂ ਨੂੰ ਗੱਲ ਕਰਨ ਨੂੰ, ਇਹੀ ਗੱਲ ਕਿ ਵੀਰ ਜੀ ਮਤਲਬ ਕੀ ਕਹਾਂਗਾ ਕਿ ਬਾਪੂ ਤੇਰੇ ਗੋਦਾਮ ਬੰਦ ਹੋਣ ਵਾਲੇ ਆ, ਜਦੋਂ ਅਨਾਜ ਨਾ ਆਇਆ ਵੀਰ ਜੀ ਉਹ ਤੇ ਬੰਦ ਹੋਣੇ ਹੋਣੇ ਆ, ਤਾਂ ਲੋਕਾਂ ਨੂੰ ਪਤਾ ਨੀ ਲੱਗਣ ਡਿਆ ਅਜੇ। ਹਾਂਜੀ ਭਾਈ, ਜਦੋਂ ਅਡਾਨੀ ਅੰਬਾਨੀ ਦੇ ਗਰੁੱਪ ਚ ਚੱਲ ਗਿਆ ਮਾਲ, ਤੁਸੀਂ ਆਪ ਸੋਚੋ, ਆਪਣੇ ਬੜੇ ਘੱਟ ਲੋਕਾਂ ਨੂੰ ਪਤਾ ਕਿ ਜੋ FCI ਆ ਨਾ, ਪਹਿਲੇ FCI ਦੇ ਨਾਲ ਇੱਕ ਹੋਰ ਹੁੰਦਾ ਸੀਗਾ ਬੇਰੋਜ਼, ਹਾਂਜੀ ਠੀਕ ਹੈ ਜੀ, ਇਹਨਾਂ ਨੇ ਅੱਜ ਤੋਂ 5-7 ਸਾਲ ਪਹਿਲੇ ਬੇਰੋਜ਼ ਪ੍ਰਾਈਵੇਟ ਕਰਤਾ। ਅੱਛਾ ਜੀ, ਪ੍ਰਾਈਵੇਟ ਕਰਨ ਦੇ ਕਾਰਨ ਕੀ ਕੀਤਾ, ਉਹ ਠੇਕੇਦਾਰਾਂ ਨੂੰ ਦੇ ਤੇ ਆੜਤੀਆਂ ਨੇ ਆਪਣੀ ਲੇਬਰ ਲੈ ਆਂਦੀ, ਸਰਕਾਰੀ ਨੌਕਰੀਆਂ ਤੋਂ ਵੱਖ ਹੋ ਗਏ ਭਾਜੀ। ਹਾਂਜੀ ਭਾਜੀ, ਉਹ ਵੱਖ ਹੋਣ ਕਾਰਨ ਕਿਆ ਹੋ ਗਿਆ ਕਿ ਪਿੰਡਾਂ ਚੋਂ ਵਾਹ ਵਾਹ ਕਿਸਾਨ ਜਿਹੜੇ ਨਵੇਂ ਕਾਗਜ਼ ਭਰੇ ਆ, ਜਿੱਦਾਂ ਮੈਂ ਵੀ ਭਰੇ ਸੀਗੇ ਕਾਗਜ਼, ਚੱਲ ਬੋਰੀਆਂ ਚੁੱਕਣ ਦੇ। ਅੱਛਾ ਜੀ, ਤੇ ਭਾਜੀ ਉਹ ਵੀ ਰਹਿ ਗਏ ਜੇ, ਤੇ ਇਹ ਵੀ ਰਹਿ ਗਏ ਜੇ, ਅੱਜ ਤੋਂ 2 ਸਾਲ ਬਾਅਦ FCI ਪੂਰੀ ਬਹਿ ਜਾਣੀ ਆ, ਜਿਹੜੇ ਪੰਜਾਬ ਚ ਨੌਕਰੀ ਕਰ ਰਹੇ ਆ ਨਾ ਬੰਦੇ ਭਾਜੀ, ਆਹ ਡੁੱਬੇ ਸਮਝੋ, ਜਦੋਂ ਫਾਰਮਾਂ ਚ ਵੱਡੇ ਵੱਡੇ ਫਾਰਮਾਂ ਚ ਮਾਲ ਚੱਲ ਗਿਆ ਨਾ ਭਾਜੀ, ਇਹਨਾਂ ਨੂੰ ਮਾਲ ਨੀ ਜੇ ਮਿਲਣਾ, ਇਹਦੀ ਨੌਕਰੀ ਗਈ ਜੇ। ਹਾਂਜੀ, ਤੇ ਭਾਜੀ ਵੀ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੇ ਕਿਸਾਨਾਂ ਲਈ, ਮਜ਼ਦੂਰਾਂ ਲਈ, ਮਿਡਲ ਕਲਾਸ ਫੈਮਿਲੀਆਂ ਦੇ ਕੰਮ ਕਰਨ ਵਾਲਿਆਂ ਲਈ ਬਹੁਤ ਮਾੜਾ ਆ ਭਾਜੀ, ਬਹੁਤ ਖਰਾਬ ਜੇ, ਇੰਨਾ ਕੁ ਖਰਾਬ ਆਉਣ ਵਾਲਾ ਟਾਈਮ ਆ ਨਾ, ਕਿ ਤੁਸੀਂ ਪੁੱਛੋ ਹੀ ਕੁਛ ਨਾ ਭਾਜੀ, ਲੋਕੀ ਸੁਸਾਈਡ ਕਰਨ ਨੂੰ ਤਿਆਰ ਬੈਠੇ ਜੇ, ਕਿ ਮਤਲਬ ਕਿ ਕਿਸੇ ਨੇ ਵਿਆਹ ਧਰ ਲਿਆ, ਕਿਸੇ ਦਾ ਘਰ ਨੀ ਚੱਲਦਾ ਪਿਆ, ਤੇ ਜਿਹੜੀਆਂ ਮਾੜੀਆਂ ਮੋੜੀਆਂ ਨੌਕਰੀਆਂ ਸੀ ਉਹ ਵੱਡੀਆਂ ਫਰਮਾਂ ਅਡਾਨੀ ਅੰਬਾਨੀ ਨੂੰ ਦੇ ਦਿੱਤੀਆਂ, ਤੇ ਸਾਡੇ ਪੱਲੇ ਰਹਿ ਕੀ ਗਿਆ? ਇਹ ਤਾਂ ਹੈ ਭਾਜੀ, ਭਾਜੀ ਬੜੇ ਮਤਲਬ ਕਿ ਹਜੇ ਸੋਚ ਰਹੇ ਕਿ ਕਿਸਾਨ ਫਸਿਆ, ਕਿਸਾਨ ਨੂੰ ਲੜਨ ਦਿਓ ਰੋਡ ਤੇ, ਭਾਜੀ ਉਹ ਕੱਲਾ ਥੋੜੀ ਲੜ ਰਿਹਾ, ਕੱਲ ਨੂੰ ਜਦੋਂ ਤੁਸੀਂ ਮਰਨਾ ਉਦੋਂ ਤਾਂ ਸੋਚੋ ਨਾ। ਇਹ ਤਾਂ ਹੈ, ਬਹੁਤ ਵਧੀਆ ਵਿਚਾਰ ਭਾਜੀ, ਬਹੁਤ ਵਧੀਆ ਗੱਲਾਂ ਲੱਗੀਆਂ ਤੁਹਾਡੀਆਂ, ਜੁੜੇ ਰਹੋ ਇਦਾਂ ਹੀ, ਫੇਰ ਕਾਲ ਕਰਿਓ ਕੱਲ ਨੂੰ। ਥੈਂਕ ਯੂ ਵੀਰ ਮੇਰਾ, ਜਰੂਰ ਹਾਂਜੀ ਜਰੂਰ ਵੀਰ ਜੀ, ਥੈਂਕ ਯੂ। ਹਾਂਜੀ, ਅਗਲੇ ਕਾਲਰ, ਸਤਿ ਸ੍ਰੀ ਅਕਾਲ ਜੀ। ਹੈਲੋ,
ਹੈਲੋ ਸਤਿ ਸ੍ਰੀ ਅਕਾਲ ਜੀ ਹੈਲੋ ਬਾਈ ਜਦੋਂ ਕਾਲ ਲੱਗ ਜਾਂਦੀ ਭਰਾ ਮੇਰੇ ਨਾਲ ਗੱਲ ਕਰ ਲਿਆ ਕਰੋ ਕਈ ਵੀਰੇ ਰੇਡੀਓ ਚ ਬਿਜ਼ੀ ਰਹਿੰਦੇ ਆ ਤੇ ਉਹਨਾਂ ਨੂੰ ਪਤਾ ਨੀ ਲੱਗਦਾ ਵੀ ਕਾਲ ਜੁੜ ਗਈ ਆ ਉਹਨਾਂ ਦੀ ਹੈਲੋ ਸਤਿ ਸ੍ਰੀ ਅਕਾਲ ਜੀ ਹੈਲੋ ਹੈਲੋ ਬੋਲੋ ਭਾਈ ਜੀ ਬੋਲੋ ਹੈਲੋ ਸਤਿ ਸ੍ਰੀ ਅਕਾਲ ਜੀ ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਭਾਜੀ ਹਾਂਜੀ ਹਾਂਜੀ ਵੀਰ ਹਾਂਜੀ ਵੀਰ ਜੀ ਰਾਜਪੁਰ ਸ਼ਹਿਰ ਤੋਂ ਬੋਲ ਰਹੇ ਹਾਂ ਤੇ ਮੈਂ ਵੀਰ ਜੀ ਇਹੀ ਕਹਿਣਾ ਚਾਹੁੰਦਾ ਹਾਂ ਵੀ ਜੋ ਬਿੱਲ ਪਾਸ ਹੋਇਆ ਉਹ ਸਾਡੀਆਂ ਜੋ ਕਹਿ ਲਈਏ ਪਿਛਲੇ ਦਰੋਡ ਦੇ ਵਿੱਚ ਨਲਾਇਕੀਆਂ ਉਹ ਸਾਡੇ ਸਾਹਮਣੇ ਆਈਆਂ ਹਾਂ ਇਹ ਤਾਂ ਹੈ ਭਾਜੀ ਸਾਡੀਆਂ ਹੀ ਨਲਾਇਕੀਆਂ ਸਾਡੀਆਂ ਹੀ ਕੀਤੀਆਂ ਹਾਂਜੀ ਸਾਡੇ ਸਾਹਮਣੇ ਬਿਲਕੁਲ ਵੀਰ ਜੀ ਦੇਖੋ ਅਸੀਂ ਨਹੀਂ ਚਾਹਿਆ ਵੀ ਅਸੀਂ ਕਿਸੇ ਨਵੀਂ ਪਾਰਟੀ ਨੂੰ ਇੱਕ ਵਾਰੀ ਸਾਹਮਣੇ ਲੈ ਕੇ ਆਉਂਦੇ ਅਸੀਂ ਫਿਰ ਉਹਨਾਂ ਤੇ ਵਿਸ਼ਵਾਸ ਭਰੋਸਾ ਜਤਾਇਆ ਪੰਜਾਬ ਦੇ ਲੋਕਾਂ ਨੇ ਤੇ ਭਰੋਸਾ ਵਿਸ਼ਵਾਸ ਲੈ ਡੂਗਾ ਤੇ ਵੀਰ ਜੀ ਅੱਜ ਮੈਂ ਇੱਕ ਤਾਮਿਲ ਫਿਲਮ ਦੇਖ ਰਿਹਾ ਸੀ ਜਿਹਦੇ ਵਿੱਚ ਦਿਖਾਇਆ ਵੀ ਕਿਸਾਨ ਜਦੋਂ ਇਕਜੁੱਟ ਹੋ ਜਾਣ ਜੇ ਹੁਣ ਹੋਏ ਨੇ ਜੇ ਪਹਿਲਾਂ ਹੀ ਹੋ ਜਾਣ ਤੇ ਇਹ ਬਿੱਲ ਮੈਂ ਕਹਿੰਦਾ ਪਾਸ ਕੀ ਲਾਗੂ ਹੀ ਨਹੀਂ ਹੋਣਾ ਸੀ ਹਾਂਜੀ ਹਾਂਜੀ ਨਹੀਂ ਇੱਕ ਪਹਿਲਾਂ ਮੈਂ ਵੀ ਦੇਖੀ ਸੀ ਉਹ ਭਰਾਵਾ ਹੈਦਰਾਬਾਦ ਨੂੰ ਪਾਣੀ ਜਾਂਦਾ ਰੋਕ ਦਿੰਦੇ ਆ ਹੈਦਰਾਬਾਦ ਨੂੰ ਪਾਣੀ ਜਾਂਦਾ ਸਿਟੀ ਨੂੰ ਪਾਣੀ ਨੀ ਪਹੁੰਚਦਾ ਬਾਈ ਕਿਸਾਨ ਕਰਨ ਨੂੰ ਕੁਛ ਵੀ ਕਰ ਸਕਦੇ ਆ ਇਹ ਤਾਂ ਹੈ ਬਹੁਤ ਵਧੀਆ ਫਿਲਮ ਆ ਭਾਈ ਦੱਸ ਦੋ ਬਾਕੀ ਵੀ ਦੇਖ ਲੈਣ ਬਾਂਗਰਾ ਬਿਲਕੁਲ ਹਾਂਜੀ ਬਾਂਗਰਾ ਫਿਲਮ ਹੈ ਜੀ ਵੀਰ ਜੀ ਤਾਮਿਲ ਫਿਲਮ ਹੈ ਤੇ ਦੂਜੀ ਗੱਲ ਵੀਰ ਜੀ ਮੈਂ ਜਿਹੜੀ ਗੱਲ ਕਰਾਂ ਚਲੋ ਚਾਰ ਦਿਨ ਕੀ ਚਾਰ ਨਹੀਂ ਫਿਰ ਅੰਦੇਰੀ ਰਾਤ ਚਾਰ ਦਿਨ ਅਸੀਂ ਰੋਲਾ ਪਾਉਂਦੇ ਆ ਫਿਰ ਸੋ ਜਾਂਦੇ ਆ ਇਹਦਾ ਹੈ ਭਾਜੀ ਹੈਲੋ ਹਾਂਜੀ ਹਾਂਜੀ ਸੁਣਦਾ ਸੁਣਦਾ ਹਾਂਜੀ ਹਾਂ ਦੇਖੋ ਚਾਰ ਦਿਨ ਅਸੀਂ ਜਾਗਦੇ ਆ ਫਿਰ ਬਾਅਦ ਚ ਉਹੀ ਹਾਲਾਤ ਹੋ ਜਾਂਦੇ ਨੇ ਸਾਡੇ ਦੇਖੋ ਜੇ ਅਸੀਂ ਹਮੇਸ਼ਾ ਜਾਗਦੇ ਰਹੀਏ ਸੁਚੇਤ ਰਹੀਏ ਵੀ ਕਿਹੜੀ ਗੱਲ ਆਪਣੇ ਕਾਨੂੰਨਾਂ ਬਾਰੇ ਨਿਯਮ ਬਾਰੇ ਅਸੀਂ ਪੜ੍ਹੀਏ ਜਾਗਰੂਕ ਹੋਈਏ ਤਾਂ ਹੀ ਸਾਨੂੰ ਕੋਈ ਪਤਾ ਲੱਗ ਸਕੇਗਾ ਇਹ ਤਾਂ ਹੈ ਭਾਜੀ ਬਹੁਤ ਵਧੀਆ ਵਿਚਾਰ ਭਾਜੀ ਬਹੁਤ ਵਧੀਆ ਤੇ ਸਾਰਿਆਂ ਨੂੰ ਮੈਂ ਕਹਿੰਦਾ ਬਾਂਗਰਾ ਫਿਲਮ ਹਿੰਦੀ ਚ ਹੈਗੀ ਯੂਟਿਊਬ ਤੇ ਦੇਖ ਸਕਦੇ ਆ ਤੇ ਕਿਸਾਨ ਕੀ ਕਰ ਸਕਦਾ ਉੱਚ ਸਾਰਾ ਦਿਖਾਇਆ ਬਹੁਤ ਵਧੀਆ ਗੱਲਾਂ ਭਾਜੀ ਥੈਂਕ ਯੂ ਜੁੜੇ ਰਹੋ ਵੀਰ ਮੇਰਾ ਹਾਂਜੀ ਵੀਰ ਜੀ ਥੈਂਕ ਯੂ ਵੀਰ ਜੀ ਧੰਨਵਾਦ ਜੀ ਥੈਂਕ ਯੂ ਤੇ ਅਗਲੇ ਕਾਲਰ ਸਤਿ ਸ੍ਰੀ ਅਕਾਲ ਜੀ ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਭਾਜੀ ਇੱਕ ਸੈਕਿੰਡ ਫੋਨ ਹੈਂਗ ਹੋ ਜਾਂਦਾ ਇੰਨੀਆਂ ਕਾਲਾਂ ਆਉਂਦੀਆਂ ਹੈਲੋ ਸਤਿ ਸ੍ਰੀ ਅਕਾਲ ਜੀ ਹੈਲੋ 44 ਇੰਗਲੈਂਡ ਤੋਂ ਲੱਗਦਾ ਹੈਲੋ ਸਤਿ ਸ੍ਰੀ ਅਕਾਲ ਜੀ ਹੈਲੋ ਹਾਂਜੀ ਹਾਂਜੀ ਕਿੱਥੋਂ ਤੇ ਕੀ ਕਹਿਣਾ ਚਾਹੁੰਦੇ ਭਾਜੀ ਕੀ ਹਾਲ ਆ ਵੀਰੇ ਦੇ ਵਧੀਆ ਵਧੀਆ ਭਾਜੀ ਵਧੀਆ ਮੇਰਾ ਵੀਰ ਮੈਂ ਬਹੁਤ ਚੰਦਾ ਟਰਾਈ ਕਰਦੇ ਚਾ ਲੱਗ ਹੀ ਗਿਆ ਹਾਂਜੀ ਹਾਂਜੀ ਭਾਜੀ ਕਾਲਰ ਦਾ ਭਾਈ ਹਾਂਜੀ ਹਾਂਜੀ ਪੁੱਛੋ ਹੀ ਨਾ ਹਾਂਜੀ ਸਹੀ ਗੱਲ ਮੈਂ ਵੀਰੇ ਮੈਨਾਂ ਤਾਂ ਤੈਨੂੰ ਉਦੋਂ ਮੈਂ ਫੋਲੋ ਫੋਲੋ ਕਰਦੇ ਆਪਾਂ ਜਦੋਂ ਮੈਂ ਤੁਹਾਨੂੰ ਵੀਡੀਓ ਪਾਉਣ ਹੀ ਲੱਗਿਆ ਸੀ ਪਰ ਆਪਾਂ ਕਦੇ ਕਮੈਂਟ ਜਾਂ ਹੋਰ ਕਦੇ ਕੀਤਾ ਨਹੀਂ ਅੱਛਾ ਜੀ ਪਹਿਲੀ ਵਾਰੀ ਮੈਂ ਤੈਨੂੰ ਕਾਲ ਕੀਤੀ ਅੱਜ ਤੇ ਬੋਲਦੇ ਕਿਹੜੇ ਸ਼ਹਿਰੋਂ ਭਾਜੀ ਮੈਂ ਫਿਰ ਬਰਮਿੰਗਮ ਤੋਂ ਇੱਧਰ ਯੂਕੇ ਬਰਮਿੰਗਮ ਤੋਂ ਅੱਛਾ ਅੱਛਾ ਬਰਮਿੰਗਮ ਕਿਹੜਾ ਚੱਲ ਛੱਡ ਗਰਾਹੀ ਅੜ ਜਾਂਦੀ ਭਰਾਵਾ ਮੇਰੀ ਬਰਗਿੰਗ ਨਹੀਂ 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 ਭਾਈ ਅੜ ਬਰਮਿੰਗਮ ਕਹਿ ਲੈ ਜਿਵੇਂ ਆਪਣੇ ਪੰਜਾਬੀ ਕਹਿੰਦੇ ਆ ਹਾਂ ਚੱਲ ਛੱਡ ਸਿੰਘਮ ਸਿੰਘਮ ਹੀ ਕਹਿ ਲੈਂਦੇ ਮੇਰਾ ਵੀਰ ਮੈਂ ਆਪਣੇ ਯਾਰ ਆਰਡੀਨੈਂਸ ਦਾ ਤਾਂ ਚੱਲ ਸਾਰੇ ਹੁਣ ਬਾਈ ਕਰੀ ਜਾਂਦੇ ਆ ਹਨਾ ਸਾਰਿਆਂ ਨੂੰ ਆਪੋ ਆਪਣੀ ਜਗ੍ਹਾ ਤੇ ਜਿਵੇਂ ਨੌਲੇਜ ਜਿਵੇਂ ਹੈਗੀ ਆ ਜਿੰਨੇ ਵੀ ਬੰਦੇ ਬੋਲਦੇ ਆ ਪਰ ਮੈਂ ਇਹ ਮੇਰੇ ਹਿਸਾਬ ਨਾਲ ਯਾਰ ਜੋ ਉਹਨਾਂ ਨੇ ਕਰਨਾ ਬਾਈ ਸੈਂਟਰ ਸਰਕਾਰ ਨੇ ਕਰ ਹੀ ਦੇਣਾ ਕੰਮ ਹਨਾ ਨਹੀਂ ਉਹ ਤਾਂ ਹੈ ਭਾਜੀ ਪਰ ਮੋਦੀ ਸਰਕਾਰ ਦਾ ਇੱਕ ਰਿਕਾਰਡ ਹੈ ਭਰਾਵਾ ਇਹ ਨਹੀਂ ਜਿਹੜਾ ਬਿੱਲ ਪਾਸ ਕੀਤਾ ਯੂ ਟਰਨ ਨਹੀਂ ਲਿਆ ਪਤੰਦਰਾਂ ਨੇ ਜੋ ਮਰਜ਼ੀ ਹੋ ਜਾਵੇ ਢੀਠਾ ਬੜਾ ਯਾਰ ਬਹੁਤ ਬਹੁਤ ਜ਼ਿਆਦਾ ਤੇ ਇਹ ਬਾਈ ਹੋਰ ਨੀ ਮੈਂ ਕੋਈ ਹੱਲ ਕੁਛ ਮੈਂ ਕਹਿੰਦਾ ਧਰਨੇ ਧੁਰਨੇ ਵੀ ਯਾਰ ਆਪਣੀ ਕੌਮ ਵੀ ਭੁੱਲ ਜਾਂਦੀ ਹੈ ਲੱਗਣਗੇ ਧਰਨੇ ਤੋਂ ਬਾਅਦ ਕੋਈ ਹੋਰ ਮੁੱਦਾ ਇਹਨਾਂ ਨੇ ਲਿਆ ਕੇ ਦੇ ਦੇਣਾ ਇਹਨਾਂ ਨੂੰ ਨਵਾਂ ਤੇ ਮੁੜ ਕੇ ਇਹ ਭੁੱਲ ਜਾਣਗੇ ਕੋਈ ਧਾਰਮਿਕ ਇਹ ਚਿੰਗੜੀ ਛੇੜੂਗੇ ਕਿੱਥੋਂ ਤੱਕ ਮੇਰਾ ਆਈਡੀਆ ਇਹਨਾਂ ਨੇ ਕੋਈ ਨਾ ਕੋਈ ਛੇੜ ਦੇਣੀ ਬਾਈ ਹੁਣ ਪਿੱਛੇ ਬਰਗਾੜੀ ਵਾਲੇ ਸੀ ਜਾਂ ਹੋਰ ਆਪਣੇ ਕਿੰਨੇ ਸੀਗੇ ਇਦਾਂ ਦੇ ਕੋਈ ਨੀ ਪੁੱਛਦਾ ਉਹਨਾਂ ਨੂੰ ਹੁਣ ਮੈਂ ਸੋਚਦਾ ਹੁਣ ਮੁੱਦਾ ਇਹ ਕੋਈ ਲਿਆਊਗੇ ਕੋਈ ਧਰਮ ਦਾ ਕਿਸੇ ਵੀ ਧਰਮ ਦਾ ਉਹ ਹੋ ਸਕਦਾ ਲੈ ਕੇ ਨੀ ਆਉਣਾ ਹੀ ਆਉਣਾ ਆਉਣਾ ਹੀ ਆਉਣਾ ਮੇਰਾ ਕਿਉਂਕਿ ਧਰਮ ਦੇ ਨਾਂ ਤੇ ਲੋਕ ਜਿਆਦਾ ਭੜਕਦੇ ਆ ਬਿਲਕੁਲ ਬਿਲਕੁਲ ਮੇਰੇ ਹਿਸਾਬ ਨਾਲ ਯਾਰ ਇੱਕੋ ਹੀ ਹੱਲ ਆ ਜਿੰਨਾ ਟਾਈਮ ਆਪਣਾ ਕਹਿੰਦੇ ਹੁੰਦੇ ਆਪਣਾ ਮੁਲਕ ਨੀ ਹੋਊ ਜਿੰਨਾ ਟਾਈਮ ਆਪਣੇ ਕਾਨੂੰਨ ਨੀ ਹੋਣਗੇ ਦੂਜਿਆਂ ਨੇ ਕਾਨੂੰਨ ਤਾਂ ਆਪਣੇ ਦਾ ਥੋਪਣਾ ਹੀ ਆ ਮੇਰਾ ਵੀ ਹਾਂਜੀ ਹਾਂਜੀ ਇਹ ਤਾਂ ਹੁਣ ਬੰਦੇ ਆਪਣੇ ਜੇ ਇਕੱਠੇ ਹੋਣਗੇ ਇਹ ਨੀ ਕਿ ਲੜ ਕੇ ਲਾਓ ਮੁਲਕ ਜਿਵੇਂ ਤੂੰ ਦੱਸਿਆ ਅੱਗੇ ਵੀ ਕਲਮ ਦੀ ਸ਼ਕਤੀ ਨਾਲ ਜਦੋਂ ਬੰਦੇ ਪੜ੍ਹ ਲਿਖ ਗਏ ਯਾਰ ਇਹਨਾਂ ਨੇ ਚੱਲ ਅੱਜ ਨੀ 10 ਸਾਲਾਂ ਨੂੰ ਨੀ 20 ਨੂੰ ਨੀ 50 ਸਾਲਾਂ ਨੂੰ ਸ਼ਾਇਦ ਲੈ ਹੀ ਲੈਣਗੇ ਕਦੇ ਨਾ ਕਦੇ ਇਹੀ ਹੱਲ ਆ ਬਾਕੀ ਤਾਂ ਮੇਰੇ ਹਿਸਾਬ ਨਾਲ ਬਾਕੀ ਤਾਂ ਜਿਵੇਂ ਕਹਿ ਦਈਏ
जो इन्होंने करना बी एक कोई बीजेपी या होर नहीं है तो मेन जी सोच है ना पिछे चला एजेंसिया ने उ चला बंदे इन गए अपने यार जेडी हुण मतलब तेरा रेडियो ठीक है बंदे जेडी जिन्हां दी पूरा दिमाग चलदा बंदे नूं सोचना चाहीदा कि यार ये वधिया गल्लां कर कई मैं देखिया भाई ओह रिश्ते वाली ने ऐसे ना कर ले आ कुड़ी ऐदा हो गई अपना मोस्टली जेडिया फीमेल औरतां आ सब तो ज्यादा गिनती च ओ रेडियो सुन दी क्योंकि अपना यार भावे कनेडा आ गई भावे अमरीका सोचता ओ ही आ थोड़ा जे प्लेन च चढ़ के आ गई तो सोच बदल गई उन्हें ओही सुनना ते चुगलियां भी ओही करना नहीं हाय हाय भैने नी तू वीडियो देखी नी हाय भैने नी ओदी कुड़ी एदा नी ओदी कुड़ी एदा ते कित्थों कर लू तरक्की अपने आ चलो ठीक है जो भी हर कोई अपनी जगह वधिया है ना पर भाई जेड़ा बंदा डिजर्व करदा ओह पिछे आ जेडे जिन्होंने पता ही नहीं की गल कई बार गल करके बंदा भुल जाता थोड़ा जिम्मे ए हों यार बंदे दस के हो जे है ना कि थोड़ा जा उन्होंने उत्ते लेके आओ जे जेडे बंदे च पूरा दिमाग है जेडे बंदे वधिया चीज चज की गल करते हैं चलो कोई नी वीर मेरा थोड़े वर्गे भरावां दे प्यार सदका करांगे तरक्कियां हौली हौली है ना ते वीर मेरा बहुत वधिया गल्लां थैंक यू भरा मेरा थैंक यू ते हां जी एक गल कहना चाहना भाई भाई फेसबुक ते लाइव एक घंटे का किया दस मिनट रह गए इत्थे मुक जाना है ते सारे ही इंदी रेडियो की एप डाउनलोड कर लो INDIRADIO एंड्रॉयड या एप्पल च तुसी भर के कर सकते हैं ते नहीं www.indiradio.ca ते चल जाओ ते कॉल करन लई नंबर है +1 236 412 0325 236 412 0325 ते एक भरावो कमेंटा च IPL दा लिंक मंगी जांदा भरा मेरिया बड़े पेज होर चलदे आ तू उत्थे जाके मैच देख ला इत्थे किसे नाल गालां गालो गाली ना हो वीर मेरा ते थैंक यू अगली कॉल चकदे आ जी ते हैलो सत श्री अकाल जी कित्थों ते की कहना चाहुंदे भाजी हैलो भरा मेरे कॉल करके रेडियो ही सुनी जांदे वीर मेरे हैलो सत श्री अकाल जी हैलो हां जी भाई सत श्री अकाल सत श्री अकाल जी ते की कहना चाहुंदे वीर मेरा वीर मैं कहना चाहुंदा हां वी जद पंजाब दे लोक है जेड़े हां जी ए जब वोटां आ जांदियां ए सारा साल दारू पींदे है हां जी ए क्या चार दिन विच ए अपनी दारू नहीं पी सकदे चार दिन दारू पी के वोटां दे लालच विच वोटां पा दंदे उहनां नूं दारू की गल सुन ला भरावा हुण इत्थे ब्रिटिश कोलंबिया जिथे मैं सरी रहना इत्थे मुख्यमंत्री दीआं वोटां इत्थे भी हुण चलन लग पए आ दारू पकौड़े वीर मैं आए नहीं कहिंदा भी नहीं चलनी चलनी चाहीदी पर आए आ भी लोकां नूं सोचना चाहीदा जे 5 साल दारू अपने पल्ले तों जेब तों पीणी है इन्हां ने हांजी हांजी जे 4 दिन इह दारू पी के वोटां इधर उधर पा दिंदे इह गल नहीं हैगी हांजी ठीक नहीं मेरा हांजी हांजी बाकी किसान बारे मैं कहना चाहुंदा भी सारिया नू किस पार्टी नू साइड विच रख के सारिया अकाली कांग्रेस जिहड़ी होर भी हैगी हांजी हांजी सारिया नू साइड विच रख के इक झंडे थले इकट्ठे होना पैना तां पंजाब दा वीरे कुछ बनूगा नहीं कुछ नहीं बन सकदा हांजी हांजी थैंक यू भरा मेरा किथों कॉल कीती सी तुसी थैंक यू वीरे मैं दविंदर मैं राजपुरे दे कोल तों बोलदा पटियाला डिस्ट्रिक्ट पैंदा जी थैंक यू वीर मेरा थैंक यू बहुत वधिया विचार भरा मेरा थैंक यू अगले कॉलर हांजी स्पेन तों सत श्री अकाल जी हेलो ते भाई मेरे कई कॉलां लगदियां या मुश्किल नाल कॉल लगदी भरा मेरे जदों तुसी कॉल करदे पए इधर ध्यान दिया करो ते रेडियो फेसबुक ते सेव हो जानी वीडियो ओ सुन लियो ते गां भी फॉरवर्ड कर दियो सत श्री अकाल जी हेलो हेलो सत श्री अकाल जी हेलो हां जी हां जी कित्थों ते की कहना चाहुंदे भाई हां जी ਬਾਜੀ ਮੈਂ ਪਟਿਆਲੇ ਦੀ ਗੱਲ ਕਰਦਾ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਭਰਾ ਮੇਰਾ ਭਾਜੀ ਮੈਨੂੰ ਇੱਕ ਗੱਲ ਦੱਸੋ ਵੀ ਹੁਣ ਆਪਾਂ ਨੂੰ ਇਹ ਪਤਾ ਹੈ ਵੀ ਜਿਹੜਾ ਇਹਨਾਂ ਨੇ ਆਰਡੀਨੈਂਸ ਪਾਸ ਕਰਤਾ ਹਾਂਜੀ ਉਹਦਾ ਕਰਤਾ ਹਾਂਜੀ ਉੱਥੇ ਆਪੇ ਨੇ ਕਿਸਾਨ ਜਿਹੜੇ ਹੈਗੇ ਆ ਉਹ ਧਰਨਾ ਲਾ ਰਹੇ ਆ ਸਭ ਕੁਛ ਕਰ ਰਹੇ ਆ ਹਾਂਜੀ
ਪਰ ਇੱਕ ਗੱਲ ਦੱਸੋ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਵੋਟਾਂ ਪੈ ਰਹੀਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਦੋ ਬੰਦੇ ਪਤਾ ਵੀ ਅਕਾਲੀ ਸਰਕਾਰ ਹੈ ਇੱਕ ਕਾਂਗਰਸ ਸਰਕਾਰ ਹੈ ਹਾਂਜੀ ਪਰ ਇਸ ਤੋਂ ਇਲਾਵਾ ਆਪਣੇ ਕੋਲੇ ਇੱਕ ਤੀਜੀ ਆਪਸ਼ਨ ਰਹਿੰਦੀ ਆਪ ਸਰਕਾਰ ਦੀ ਹਾਂਜੀ ਆਪ ਸਰਕਾਰ ਦਾ ਕੋਈ ਮੁੱਖ ਚਿਹਰਾ ਨੀ ਹੈਗਾ ਹਾਂਜੀ ਤਾਂ ਇਸ ਪ੍ਰਤੀ ਆਪਾਂ ਕੀ ਗੱਲ ਕਰ ਸਕਦੇ ਹਾਂ ਜੀ ਭਾਜੀ ਆਮ ਆਦਮੀ ਇਸ ਵਾਰ ਮੁੱਖ ਚਿਹਰਾ ਪੇਸ਼ ਕਰੂਗੀ ਪਿਛਲੀ ਵਾਰ ਇਹਨਾਂ ਦੀ ਜਿੱਤ ਪੂਰੀ 100% ਸੀ ਉਹ ਇਸੇ ਕਰਕੇ ਮਾਰ ਖਾ ਗਿਆ ਮੁੱਖ ਚਿਹਰਾ ਹੀ ਨਹੀਂ ਲਿਆਂਦਾ ਆਮ ਆਦਮੀ ਨੂੰ ਆਪਸੀ ਧੜੇਬੰਦੀ ਮਾਰ ਗਈ ਤੇ ਆਪਣੀਆਂ ਗਲਤੀਆਂ ਤੋਂ ਸਬਕ ਲੈਣਗੇ ਮੁੱਖ ਮੰਤਰੀ ਕੇਜਰੀਵਾਲ ਜੀ ਇਸ ਵਾਰ ਕੁਛ ਕਰਨਗੇ ਚਿਹਰਾ ਪੰਜਾਬ ਦਾ ਪੇਸ਼ ਕਰਨਗੇ 2 ਸਾਲ ਅਜੇ ਪਏ ਆ ਵੀ ਮਤਲਬ ਸਾਲ ਤੱਕ ਕਰ ਦੂਗੇ ਵੀ ਉਹਦੇ ਨਾਂ ਤੇ ਚੋਣਾਂ ਲੜਨਗੇ ਹੁਣ ਪਤਾ ਨੀ ਮੁੱਖ ਚਿਹਰਾ ਕਿਹੜਾ ਹੋ ਸਕਦਾ ਪਰ ਇਹਨਾਂ ਨੂੰ ਪੇਸ਼ ਕਰਨਾ ਪੈਣਾ ਹੁਣ ਪਿਛਲੀ ਵਾਰ ਵਾਲੀ ਤਾਂ ਇਸ ਵਾਰ ਕਰਨੀ ਨੀ ਹਨਾ ਜੋ ਇਹਨੀ ਮਿਸਟੇਕ ਕੀਤੀ ਆ ਸੋ ਮੁੱਖ ਚਿਹਰਾ ਪੇਸ਼ ਕਰੂਗੇ ਉਹ ਕਿਹੜਾ ਹੋ ਸਕਦਾ ਅਜੇ ਸਾਨੂੰ ਵੀ ਨੀ ਪਤਾ ਕਿਸੇ ਨੂੰ ਵੀ ਨੀ ਪਤਾ ਭਰਾ ਮੇਰਾ ਤੇ ਜਿੱਥੋਂ ਤੱਕ ਮੈਂ ਫੇਰ ਕਹਿੰਦਾ ਵੀ ਲੋਕ ਆਪਣਿਆਂ ਦਾ ਚੇਤਾ ਬਹੁਤ ਘੱਟ ਆ ਭਰਾਵੋ ਚੇਤੇ ਰੱਖਿਓ ਨਹੀਂ ਤਾਂ ਸੁਖਬੀਰ ਬਾਦਲ ਮੁੱਖ ਮੰਤਰੀ ਵੱਟ ਤੇ ਪਿਆ ਆ ਚੇਤੇ ਰੱਖਿਓ ਹੁਣ ਲਿਖ ਲਓ ਆਪਣੀਆਂ ਕਾਪੀਆਂ ਤੇ ਬਾਹਰਲੇ ਦੇਸ਼ਾਂ 'ਚ ਲੋਕਾਂ ਨੇ ਫਰਿੱਜਾਂ ਤੇ ਸਟਿੱਕਰ ਲਾਏ ਹੁੰਦੇ ਆ ਨੋਟ ਲਾਏ ਹੁੰਦੇ ਆ ਵੀ ਕਿਸੇ ਦੀ ਅਪੁਆਇੰਟਮੈਂਟ ਹੈ ਡਾਕਟਰ ਦੀ ਇੰਨੀ ਤਰੀਕ ਨੂੰ ਲਿਖ ਕੇ ਫਰਿੱਜਾਂ ਦੇ ਤੁਸੀਂ ਫਿਲਮਾਂ 'ਚ ਵੀ ਦੇਖਿਆ ਹੋਣਾ ਹਨਾ ਫਰਿੱਜਾਂ ਤੇ ਸਟਿੱਕਰ ਜੇ ਲੱਗੇ ਹੁੰਦੇ ਉਹ ਲਿਖ ਕੇ ਉਹ ਨਹੀਂ ਲਾਏ ਹੁੰਦੇ ਵੀ ਚੇਤਾ ਨਾ ਭੁੱਲ ਜਾਵੇ ਤੁਸੀਂ ਵੀ ਆਪਣੀਆਂ ਫਰਿੱਜਾਂ ਤੇ ਲਿਖ ਕੇ ਲਾ ਲਓ ਬਈ 2 ਸਾਲ ਬਾਅਦ ਵੋਟ ਕਿਹਨੂੰ ਪਾਉਣੀ ਆ ਚੇਤੇ ਨਾ ਭੁਲਾ ਲਿਓ ਹਾਂਜੀ ਪਰ ਭਾਜੀ ਗੱਲ ਦੱਸੋ ਹਾਂਜੀ ਵੀ ਹੁਣ ਜਿਵੇਂ ਜੇ ਭਗਵੰਤ ਮਾਨ ਜਿਵੇਂ ਇਹਨਾਂ ਦਾ ਇੱਕ ਮੁੱਖ ਚਿਹਰਾ ਬਣਿਆ ਹੋਇਆ ਹਾਂਜੀ ਤੇ ਕੀ ਨਾਮ ਹੈ ਇਹ ਸਾਰੇ ਜ਼ੋਰ ਲਾ ਰਹੇ ਹੈ ਵੀ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਅੱਗੇ ਮੁੱਖ ਚਿਹਰਾ ਬਣਾਉਣ ਨੂੰ ਹਾਂਜੀ ਪੀਪੀ ਪਾਰਟੀ ਹੋ ਗਈ ਹੋਰ ਸਾਰਾ ਕੁਛ ਹੋ ਗਿਆ ਹਾਂਜੀ ਪਰ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਕਿੱਦਾਂ ਮਤਲਬ ਭਾਜੀ ਨਹੀਂ ਅਜੇ ਉਹੀ ਮੈਂ ਕਹਿੰਦਾ ਜੇ ਮੈਨੂੰ ਵੀ ਨੀ ਪਤਾ ਮਤਲਬ ਕਿਹੜਾ ਮੁੱਖ ਚਿਹਰਾ ਬਣਾਊਗੇ ਭਾਈ ਕੁਛ ਤਾਂ ਕਰੂਗੀ ਚਿਹਰਾ ਤਾਂ ਕੋਈ ਬਣਾਊਗਾ ਹੀ ਹਨਾ ਭਾਈ ਨਹੀਂ ਤਾਂ ਸਰਨਾ ਨਹੀਂ ਤਾਂ ਹਾਰ ਫੇਰ ਮਿਲ ਜੂਗੀ ਫੇਰ 5 ਸਾਲ ਡੰਡੇ ਖਾਈ ਜਾਊਗੀ ਛਿੱਤਰ ਖਾਈ ਜਾਊਗੇ ਚਲੋ ਸ਼ੁਕਰੀਆ ਆਂਟੀ ਭਾਜੀ ਹਾਂਜੀ ਹਾਂਜੀ ਥੈਂਕ ਯੂ ਭਰਾ ਮੇਰਾ ਥੈਂਕ ਯੂ ਤੇ ਜੁੜੇ ਰਹੋ ਏਦਾਂ ਹੀ ਤੇ ਗਿੱਲ ਜੁਗਰਾਜ ਸਿੰਘ ਜੀ ਦਾ ਕਮੈਂਟ ਆਇਆ ਅਮਰੀਕਾ ਤੋਂ ਕਿਵੇਂ ਕਾਲ ਕਰਾਂ ਜੀ ਵਟਸਐਪ ਕਰ ਲਓ ਜੀ ਹੋਰ ਤਾਂ ਇੱਕ ਨੰਬਰ ਹੋਰ ਸੀ ਅਮਰੀਕਾ ਤੋਂ ਲੈਂਡਲਾਈਨ ਉੱਤੇ ਕਰ ਲਓ ਜੀ ਤੁਸੀਂ ਤੇ ਉਹ ਮੈਨੂੰ ਲੱਗਦਾ ਉਹ ਵਟਸਐਪ ਉਹ ਸਕਾਈਪ ਨਾਲ ਹੀ ਸੀ ਹਾਂ ਉਹ ਨੀ ਲੱਗਣਾ ਜੀ ਉਹ ਲੈਂਡਲਾਈਨ ਨੰਬਰ ਸਕਾਈਪ ਨਾਲ ਕਨੈਕਟ ਸੀ ਉਹ ਨੀ ਲੱਗਣਾ ਸੋ ਜਸਟ ਬਸਟ ਵਟਸਐਪ ਹੀ ਆ ਹਾਂਜੀ ਅਗਲੇ ਕਾਲਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿੱਥੋਂ ਦੇ ਕੀ ਕਹਿਣਾ ਚਾਹੁੰਦੇ ਭਾਜੀ ਭਾਜੀ ਮੈਂ ਹੁਸ਼ਿਆਰਪੁਰ ਤੋਂ ਗੱਲ ਕਰ ਰਿਹਾ ਜੀ ਅਮਰਪ੍ਰੀਤ ਸਿੰਘ ਬੱਲੇ ਮੇਰਾ ਜਨਮ ਸਥਾਨ ਹੈ ਹੁਸ਼ਿਆਰਪੁਰ ਹਾਂਜੀ ਹਾਂਜੀ ਕੀ ਬਾਤ ਹੈ ਸਰਕਾਰੀ ਹਸਪਤਾਲ ਤੋਂ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਕੀ ਬਾਤ ਹੈ ਭਾਜੀ ਬੜਾ ਟਾਈਮ ਹੋ ਗਿਆ ਫੋਨ ਕਰਦੇ ਭਾਜੀ ਤੁਹਾਨੂੰ ਤੇ ਫੋਨ ਕਰ ਰਿਹਾ ਸੀਗਾ ਭਾਜੀ ਜਿਹੜਾ ਬਿੱਲ ਪਾਸ ਹੋਇਆ ਹੈਗਾ ਇਹ ਬੜਾ ਮਾੜਾ ਹੈਗਾ ਆ ਕਿਉਂਕਿ ਗੌਰਮੈਂਟ ਦੇ ਕੰਮ ਬਿਨਾਂ ਕਰਪਸ਼ਨ ਤੋਂ ਤਾਂ ਵੈਸੇ ਨਹੀਂ ਹੁੰਦੇ ਚਾਹੇ ਪੁਲਿਸ ਥਾਣੇ ਚੱਲ ਜਾਈਏ ਚਾਹੇ ਕੋਰਟ ਕਚਹਿਰੀ ਚੱਲ ਜਾਈਏ ਚਾਹੇ ਕੋਈ ਵੀ ਸਰਕਾਰੀ ਕੰਮ ਕਰਾਉਣਾ ਪਵੇ ਈਵਨ ਕਿ ਮੀਟਰ ਦਾ ਕੰਮ ਵੀ ਬਿਜਲੀ ਦਾ ਵੀ ਕਰਾਉਣਾ ਪਵੇ ਉਹ ਵੀ ਕਰਪਸ਼ਨ ਤੋਂ ਬਗੈਰ ਨਹੀਂ ਹੁੰਦਾ ਜਾਂ ਸਪਾਰਸ਼ ਤੋਂ ਬਗੈਰ ਨਹੀਂ ਹੁੰਦਾ ਭਰਾਵਾ ਕਰਪਸ਼ਨ ਦੀ ਗੱਲ ਸੁਣ ਲਾ ਮੇਰਾ ਹਨਾ ਖੇਤਾਂ 'ਚ ਪਾਣੀ ਲਾ ਲਾ ਕੇ ਖੇਤ ਕਿਹੜਾ ਸਾਡੇ ਬਹੁਤ ਸੀ ਇੱਕ ਅੱਧਾ ਖੇਤ ਹੈ ਉਹਨੂੰ ਜਦੋਂ ਪਾਣੀ ਲਾਉਣਾ ਕਣਕਾਂ ਨੂੰ ਪਾਣੀ ਲਾਈਦਾ ਸੀ ਜਾਂ ਕਾਸੇ ਨੂੰ ਉਹ ਪਾਣੀ 'ਚ ਮੇਰਾ ਪੈਰ ਦਾ ਅੰਗੂਠਾ ਜਿਹੜਾ ਹਨਾ ਪੈਰ ਦਾ ਅੰਗੂਠਾ ਪਾਣੀ 'ਚ ਰਹਿ ਰਹਿ ਕੇ ਪਤਾ ਨੀ ਕੀ ਹੁੰਦਾ ਸੀ ਉਹ ਜਿਹੜਾ ਨਹਿ ਆ ਮੇਰਾ ਮਾਸ 'ਚ ਵੜ ਜਾਂਦਾ ਸੀ ਹਨਾ ਕੁਛ ਇੱਦਾਂ ਹੋ ਜਾਂਦਾ ਆ ਕਈਆਂ ਦੇ ਹੋ ਜਾਂਦਾ ਹਨਾ ਉਹ ਭਰਾਵਾ ਸਾਡੇ ਪਿੰਡ ਨਰੂੜ ਨਾਲ ਸਰਕਾਰੀ ਹਸਪਤਾਲ 5 ਟਾ ਆਇਆ ਮੈਨੂੰ ਅਜੇ ਵੀ ਚੇਤੇ ਆ ਮੈਂ ਮੰਮੀ ਜੀ ਨਾਲ ਗਿਆ ਤੇ ਉੱਥੇ ਉਹਨੇ ਮੇਰਾ ਨਾ ਨਹਿ ਜਿਹੜਾ ਮੇਰੇ ਮਾਸ 'ਚ ਚਲਾ ਗਿਆ ਸੀ ਅੰਗੂਠੇ ਦਾ ਪੈਰ ਦੇ ਅੰਗੂਠੇ ਦਾ ਤੇ ਉਹਨੇ ਆਪਰੇਸ਼ਨ ਕੁਛ ਕਰਨਾ ਸੀ ਇੱਦਾਂ ਤੇ ਮੈਨੂੰ ਅਜੇ ਵੀ ਚੇਤੇ ਮੰਮੀ ਜੀ ਨੇ 50 ਰੁਪਏ ਉਹਨੂੰ ਅਖਬਾਰ 'ਚ ਲਪੇਟ ਕੇ ਦਿੱਤੇ ਸੀ ਡਾਕਟਰ ਨੂੰ ਭਾਜੀ ਇਹ ਸਾਲ ਲਾ ਲਓ ਵੀ ਇੱਕ ਛੋਟੇ ਜਿਹੇ ਕੰਮ ਲਈ ਇੱਕ ਟ੍ਰੀਟਮੈਂਟ ਦੇ ਲਈ ਜੋ ਉਹਨਾਂ ਦੀ ਡਿਊਟੀ ਬਣਦੀ ਆ ਸਾਨੂੰ ਕਿੰਨੀ ਕਰਪਸ਼ਨ ਕਰਨੀ ਪਈ ਅਗਰ ਮਤਲਬ ਐਗਰੀਕਲਚਰ ਨੂੰ ਜਿਸ ਤਰੀਕੇ ਨਾਲ ਆਪਣੇ ਅੰਡਰ ਕਰ ਰਹੇ ਆ ਇਹ ਆਪਣਾ ਮਤਲਬ ਲੋਕਤੰਤਰ ਨੂੰ ਖਤਮ ਕਰਨ ਦਾ ਕੋਸ਼ਿਸ਼ ਹੋ ਰਹੀ ਆ ਮੋਦੀ ਗੌਰਮੈਂਟ ਦੀ ਬਹੁਤ ਘਟੀਆ ਰਣਨੀਤੀ ਆ ਉਹ ਹੌਲੀ ਹੌਲੀ ਚਾਹੁੰਦਾ ਕਿ ਆਪਣਾ ਰਾਜ ਲਿਆਈਏ ਅੰਡਰ ਅਬਾਨੀ ਕਰ ਲਈਏ ਜਾਂ ਕਿਸੇ ਦੇ ਵੀ ਮਤਲਬ ਕਰਕੇ ਆਪਣਾ ਰਾਜ ਕਰ ਲਈਏ ਉਹਨਾਂ ਦਾ ਥੋਟ ਹੀ ਇਹ ਹੈਗਾ ਬੰਦਾ ਜੀ ਇਹ ਤਾਂ ਸਿੱਧਾ ਡਿਕਟੇਟਰਾਂ ਵਾਲਾ ਹੀ ਕੰਮ ਕਰਦੇ ਪਏ ਆ ਭਈ ਮਤਲਬ ਹੈ ਨਾ ਭਈ ਕਰ ਲਓ ਜੋ ਕਰਨਾ ਗਲਤੀ ਸਾਡੇ ਲੋਕਾਂ ਦੀ ਹੈ ਭਾਜੀ ਉਹ ਕੀ ਆ ਵੀ ਅੱਖਾਂ ਬੰਦ ਕਰਕੇ ਕੱਟੜਤਾ ਦੇ ਵਿੱਚ ਤੁਰੇ ਹੋਏ ਆ ਆਰਐਸਐਸ ਵਾਲੇ ਆਪਣਾ ਤੁਰੇ ਹੋਏ ਆ ਸਿੱਖ ਧਰਮ ਜਾਂ ਕੋਈ ਵੀ ਹੈਗੇ ਕਮਿਊਨਿਟੀਜ਼ ਆਪਣੀ ਆਪਣੀ ਬਣਾਈਆਂ ਹੋਈਆਂ ਕੱਟੜਤਾ ਦੇ ਨਾਲ ਤੁਰੇ ਹੋਏ ਆ ਜਿਹੜਾ ਆਉਣ ਵਾਲਾ ਨੁਕਸਾਨ ਜਿਹੜਾ ਆਉਣ ਵਾਲਾ ਟਾਈਮ ਆ ਸਾਡੀ ਅਗਲੀ ਜਨਰੇਸ਼ਨ ਨੂੰ ਭੁਗਤਣਾ ਪੈਣਾ ਬੜੀ ਬੁਰੀ ਤਰ੍ਹਾਂ ਠੀਕ ਹੈ ਨਾ ਜੀ ਇਹ ਬਹੁਤ ਘਟੀਆ ਇਹਨਾਂ ਨੇ ਕੀਤਾ ਹੈਗਾ ਵੀ ਜੋ ਵੀ ਕਿਸਾਨ ਵਿਰੋਧੀ ਬਿੱਲ ਪਾਸ ਕੀਤਾ ਹੈਗਾ
ਕਾਫੀ ਕੋਸ਼ਿਸ਼ ਵੀ ਕਰਦੇ ਪਏ, ਅਗਲੇ ਸੁਣਦੇ ਹੀ ਨੀ ਹੈਗੇ, ਬਿੱਲ ਬਣਾ ਕੇ ਰੱਖਤਾ, ਲਾਅ ਬਣਾ ਦਿੱਤਾ ਹੈਗਾ, ਸਾਰਾ ਕੁਛ ਹੋ ਗਿਆ ਹੈਗਾ ਨਾ, ਤੇ ਉਹ ਕਿਸੇ ਦੀ ਫਸਲ ਅਗਰ ਖਰੀਦਣ ਜਾਊਗੀ ਗੌਰਮੈਂਟ, ਉਹ ਸਿੱਧਾ ਗੱਲ ਕਰੇਗੀ ਵੀ ਹਾਂਜੀ ਪਹਿਲਾਂ ਜੰਮੂ ਕਸ਼ਮੀਰ ਚ ਲੱਖਾਂ ਦੇ ਹਿਸਾਬ ਨਾਲ ਅੰਦਰ ਤਾੜੀ ਰੱਖੇ, ਇਹ ਯਾਰ ਇਹ ਤਾਂ ਮਤਲਬ ਪਈ ਉਹੀ ਗੱਲ ਹੈ, ਜਿਹੜਾ ਬਿੱਲ ਆ ਇਹ ਇੱਕ ਦਿਨ ਚ ਨੀ ਬਣਦਾ ਪਈ, ਇੱਕ ਦਿਨ ਨਹੀਂ ਸੋ, ਹੁਣ ਦੇਖੋ ਆ ਜਿਹੜੀ ਪਬਜੀ ਗੇਮ ਬੰਦ ਹੋਈ ਆ, ਫੌਜੀ ਨੀ ਅਕਸ਼ੇ ਨੇ ਪੋਸਟ ਕੀਤੀ ਸੀ ਪਤਾ ਨੀ ਕਿਹਦੀ ਆ, ਇਹ ਕਿਹੜਾ ਗੇਮ ਕਿਹੜਾ ਇੱਕ ਦਿਨ ਚ ਬਣ ਜਾਂਦੀ, ਕੋਡਿੰਗ ਹੁੰਦੀ ਕਈ ਕੁਛ ਸਾਲੋ ਸਾਲ ਲੱਗਦੇ ਆ, ਸੋ ਇਹਨੇ ਜਿਹੜਾ ਅਲਟਰਨੇਟਿਵ ਪਹਿਲਾਂ ਹੀ ਤਿਆਰ ਰੱਖਿਆ ਹੁੰਦਾ, ਬੈਕਗਰਾਉਂਡ ਤੇ ਇਹਨਾਂ ਦੇ ਵੱਡੇ ਵੱਡੇ ਦਿਮਾਗੀ ਲੋਕ ਕੰਮ ਕਰਦੇ ਆ ਭਈ ਆਪਾਂ ਏਦਾਂ ਕਰਨਾ, ਉਹਦਾ ਅਲਟਰਨੇਟਿਵ ਕੀ ਹੋਊਗਾ, ਕਿਸੇ ਨੇ ਗੁੱਸੇ ਹੋਣਾ, ਉਹਨਾਂ ਨੂੰ ਆਪਾਂ ਕਿੱਦਾਂ ਟੈਕਲ ਕਰਨਾ, ਇਹ ਸਾਰਾ ਕੁਛ ਪਹਿਲਾਂ ਹੀ ਸੋਚ ਕੇ ਕਰਦੇ ਆ, ਵੀ ਇਹ ਨੀ ਵੀ ਬਿੱਲ ਇੱਕ ਦਿਨ ਚ ਲੈ ਆਉਂਦਾ, ਪਲੈਨਿੰਗ ਰਹਿੰਦੀ ਹੈਗੀ ਇਹਨਾਂ ਦੀ, ਉਹ ਤਾਂ ਪਲੈਨਿੰਗ ਰਹਿੰਦੀ ਹੈਗੀ, ਹੁਣ